ਇਸ ਕਲਾਸ ਦੀਆਂ ਹਾਜ਼ਰ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਪਗਤ ਕਬੀਰ ਜੀ ਦੇ ਪਾਵਨ ਮੁਖਾਰਬਨ ਤੋਂ ਉਚਾਰਨ ਥਿੱਤਿੰਗ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ ਜਿਹੜੀ ਗੁਰੂ ਜਨ ਦੇ ਪਾਤਸ਼ਾਹ ਜੀ ਦੀ ਬਾਣੀ ਹੈ ਉਹਦਾ ਨਾਮ ਥਿੱਤੀ ਹੈ ਔਰ ਕਬੀਰ ਜੀ ਦੀ ਬਾਣੀ ਦੇ ਇਸ ਨਾਮ ਦੇ ਵਿੱਚ ਇੱਕ ਵਿਸ਼ੇਸ਼ਤਾ ਹੈ ਕਿ ਇਹਦੇ ਨਾਲ ਟਿੱਪੀ ਲੱਗੀ ਹੋਈ ਹੈ ਅਖੀਰ ਤੇ ਤੇ ਇਸ ਬਾਣੀ ਦੇ ਅਸੀਂ ਵਿਚਾਰ ਕਰ ਰਹੇ ਹਾਂ ਜਿਹਦੇ ਵਿੱਚ ਪਹਿਲੇ 11 ਪਦਿਆਂ ਦੀ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ 12ਵੇਂ ਪਦੇ ਤੋਂ ਅਸੀਂ ਵਿਚਾਰ ਅੱਜ ਆਰੰਭ ਕਰਨੀ ਹੈ 12ਵੇਂ ਪਦੇ ਦੇ ਵਿੱਚ ਕਬੀਰ ਜੀ ਨੇ ਜਸਮੀ ਦੀ ਗੱਲ ਕੀਤੀ ਸੀ ਕਿ ਮਸੀਆ ਤੋਂ ਅਗੇ ਦਸਵਾਂ ਦਿਨ ਜਿਹਨੂੰ ਦਸਵੀਂ ਕਿਹਾ ਜਾਂਦਾ ਹੈ ਉਸ ਦਸਵੀਂ ਨੂੰ ਲੋਕ ਖੀਰਾ ਬਣਾਉਂਦੇ ਨੇ ਵਰਤ ਵੀ ਰੱਖਦੇ ਨੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੀ ਪੂਜਾ ਅਰਚਨਾ ਕਰਦੇ ਨੇ ਧਰਗਤ ਜੀ ਆਖਦੇ ਨੇ ਜੇ ਦਸਵੀਂ ਨੂੰ ਤੁਸੀਂ ਇਸ ਗੱਲ ਨੂੰ ਸਮਝ ਲਓ ਕਿ ਪ੍ਰਭੂ ਦਸਾਂ ਦਿਸ਼ਾਵਾਂ ਵਿੱਚ ਹੈ ਤੇ ਤੁਹਾਡੀ ਜ਼ਿੰਦਗੀ ਵਿੱਚ ਆਨੰਦ ਦਸਾਂ ਦਿਸ਼ਾਵਾਂ ਤੋਂ ਆ ਜਾਏਗਾ ਜੇ ਤੁਹਾਨੂੰ ਸਮਝ ਪੈ ਜਾਏਗੀ ਕਿ ਪ੍ਰਭੂ ਤੇ ਦਸਾਂ ਦਿਸ਼ਾਵਾਂ ਵਿੱਚ ਹੀ ਹੈ ਹਰ ਥਾਂ ਤੇ ਹੈ ਜੇ ਪ੍ਰਭੂ ਹਰ ਥਾਂ ਤੇ ਹੈ ਦਸਾਂ ਦਿਸ਼ਾਵਾਂ ਵਿੱਚ ਹੈ ਤੇ ਤੁਹਾਡੀ ਜ਼ਿੰਦਗੀ ਵਿੱਚ ਦਸਾਂ ਦਿਸ਼ਾਵਾਂ ਤੋਂ ਹੀ ਆਨੰਦ ਪੈਦਾ ਹੋਏਗਾ ਭਾਵ ਚਾਰੇ ਦਸਾਂ ਦਿਸ਼ਾਵਾਂ ਵਿੱਚ ਆਨੰਦ ਦਾ ਮੂਲ ਪ੍ਰਭੂ ਜਿਹਦੇ ਨਾਲ ਤੁਹਾਡੀ ਸਾਥ ਪੈ ਜਾਏਗੀ ਤੇ ਉਹਦੇ ਨਾਲ ਜੁੜ ਕੇ ਤੁਹਾਡੀ ਜ਼ਿੰਦਗੀ ਵਿੱਚ ਆਨੰਦ ਬਣਿਆ ਰਹੇਗਾ ਕੜਪੁ ਲਿਖਾ ਖਤਮ ਹੋ ਜਾਏਗਾ ਸਾਰੇ ਭਰਮ ਮੁੱਕ ਜਾਣਗੇ ਤੇ ਗੋਬਿੰਦ ਪ੍ਰਭੂ ਮਿਲ ਜਾਏਗਾ ਦਸਮੀ ਦੇ ਇਸ ਹੋਏ ਆਨੰਦ ਛੂਟੇ ਪਰਮ ਮਿਲੇ ਗੋਬਿੰਦ ਜੋ ਸਰੂਪੀ ਤਤ ਅਨੂਪ ਉਹ ਪ੍ਰਭੂ ਜਿਹੜਾ ਮਿਰਾ ਨੂਰ ਦਾ ਰੂਪ ਹੈ ਪ੍ਰਕਾਸ਼ ਰੂਪ ਹੈ ਗਿਆਨ ਦਾ ਪ੍ਰਕਾਸ਼ ਜੀਵਨ ਦਾ ਪ੍ਰਕਾਸ਼ ਤਤ ਦਾ ਪ੍ਰਕਾਸ਼ ਜਿਹੜਾ ਪ੍ਰਭੂ ਸੱਤਾ ਦਾ ਪ੍ਰਕਾਸ਼ ਚੇਤਨਾ ਦਾ ਪ੍ਰਕਾਸ਼ ਹਰ ਸਰੂਪ ਦਾ ਉਹ ਪ੍ਰਕਾਸ਼ ਹੈ ਤਤ ਜਿਹੜਾ ਸਾਰੇ ਜਗਤ ਦਾ ਮੁੱਢ ਹੈ ਅਨੂਪ ਅਨ ਪਲਸ ਊਪ ਉਪਮਾ ਤੋਂ ਜਿਹੜਾ ਰਹਿਤ ਹੈ ਜਦੀ ਉਪਮਾ ਕੀਤੀ ਨਹੀਂ ਜਾ ਸਕਦੀ ਐਸੇ ਪ੍ਰਭੂ ਨਾਲ ਸਾਝ ਬਣ ਜਾਏਗੀ ਅਮਲ ਨਮਲ ਛਾ ਨਹੀਂ ਧੂਪ ਫਿਰ ਐਸੇ ਪ੍ਰਭੂ ਨਾਲ ਜੁੜ ਕੇ ਉਹ ਪ੍ਰਭੂ ਜਿਹਦੇ ਵਿੱਚ ਕੋਈ ਵਿਕਾਰਾਂ ਦੀ ਮੈਲ ਨਹੀਂ ਹੈ ਉਹ ਮੈਲ ਤੋਂ ਰਹਿਤ ਹੈ ਛਾ ਮੇਰੇ ਅਗਿਆਨਤਾ ਦਾ ਜਿੱਥੇ ਹਨੇਰਾ ਨਹੀਂ ਧੂਪ ਜਿੱਥੇ ਵਿਕਾਰਾਂ ਦੀ ਅਗ ਨਹੀਂ ਹੈ ਭਾਵ ਉਸ ਅਵਸਥਾ ਵਿੱਚ ਜੀਵ ਜਿਹੜਾ ਉਹ ਆਪ ਪਹੁੰਚ ਜਾਂਦਾ ਹੈ ਐਸੇ ਪ੍ਰਭੂ ਦੇ ਨਾਲ ਜੁੜ ਕੇ ਇਸ ਤੋਂ ਅੱਗੇ ਹੁਣ ਭਗਤ ਜੀ ਫਿਰ ਇਸ ਜੀਵਨ ਦੀ ਗੱਲ ਕਰ ਰਹੇ ਨੇ ਕਿਉਂਕਿ ਪਿੱਛੇ ਵੀ ਸਰੀਰ ਨਾਲ ਸੰਬੰਧਿਤ ਬਹੁਤ ਸਾਰੇ ਸ਼ਬਦ ਚੱਲਦੇ ਆ ਰਹੇ ਨੇ ਅਸਤਮੀ ਅਸ਼ਟਤਾਤ ਕੀ ਕਾਇਆ ਤਾ ਮੈਂ ਅਕਲ ਮਹਦ ਨਿਦਰਾਇਆ ਔਰ ਇਸ ਸਰੀਰ ਦੀ ਗੱਲ ਚੱਲ ਰਹੀ ਹੈ ਇਸ ਸਰੀਰ ਨੂੰ ਹੀ ਕਹਿ ਦਿੱਤਾ ਕਿ ਇਸ ਸਰੀਰ ਦੇ ਵਿੱਚ ਹੀ ਉਹ ਪ੍ਰਭੂ ਜਿਹੜਾ ਹੈ ਉਹ ਸਮਾਇਆ ਹੋਇਆ ਹੈ ਅਗੋਂ ਫਿਰ ਉਸ ਸਰੀਰ ਦੀ ਗੱਲ ਚੱਲ ਰਹੀ ਹੈ ਇਕਾਦਸ਼ੀ ਏਕ ਦਿਸ਼ਤਾਵੈ ਇਕਾਦਸ਼ੀ ਇਕਾਦਸ਼ੀ ਦਾ ਭਾਵ 1+10 ਮਸਿਆ ਤੋਂ 11ਵਾਂ ਦਿਨ ਜਿਹਨੂੰ ਇਕਾदशी ਕਿਹਾ ਜਾਂਦਾ ਹੈ ਇਕਾदशी ਇੱਕ ਦਿਸ਼ਾ ਵੇ ਇੱਕ ਦਿਸ਼ਾ ਦੇ ਵਿੱਚ ਇੱਕ ਪਾਸੇ ਵਿੱਚ ਧਾਵੇ ਮੈਨੇ ਦੌੜਨਾ ਦੌੜਦਾ ਹੈ ਜਾਂਦਾ ਹੈ ਹੁਣ ਮਨੁੱਖ ਦਾ ਜਿਹੜਾ ਮਨ ਹੈ ਉਹ ਇੱਕ ਦਿਸ਼ਾ ਵੱਲ ਜਾਂਦਾ ਹੈ ਮਨੁੱਖ ਇੱਕ ਦਿਸ਼ਾ ਵੱਲ ਜਾਂਦਾ ਹੈ ਅੱਜ ਤੱਕ ਉਹ ਦਸਾਂ ਦਿਸ਼ਾਵਾਂ 'ਚ ਭਟਕਦਾ ਰਿਹਾ ਪ੍ਰਭੂ ਨੂੰ ਪਾਣ ਵਾਸਤੇ ਹਰ ਮਨੁੱਖ ਸੋਚਦਾ ਕਿ ਰੱਬ ਜਿਹੜਾ ਹੈ ਕਿਤੇ ਜੰਗਲ 'ਚ ਹੋਏਗਾ ਪਹਾੜਾਂ 'ਚ ਹੋਏਗਾ ਜਾਂ ਪਤਾਲਾਂ ਦੇ ਵਿੱਚ ਹੋਏਗਾ ਕਿਤੇ ਹੋਏਗਾ ਜਾਂ ਅਸਮਾਨਾਂ 'ਚ ਹੋਏਗਾ ਮਨੁੱਖ ਨੇ ਦਸਾਂ ਦਿਸ਼ਾਵਾਂ ਤੱਕ ਦੌੜ ਭੱਜ ਕੀਤੀ ਉਸ ਪ੍ਰਭੂ ਨੂੰ ਪਾਣ ਵਾਸਤੇ ਪਰ ਇੱਕ ਦਿਸ਼ਾ ਰਹਿ ਗਈ ਜਿਹਦੇ ਵਿੱਚ ਜਾਣਾ ਸੀ ਉਸ ਇੱਕ ਦਿਸ਼ਾ ਵਿੱਚ ਨਹੀਂ ਗਿਆ ਉਸੇ ਇਹਦੇ ਆਪਣੇ ਅੰਦਰ ਉਤਰਨਾ ਆਪਣੇ ਅੰਦਰ ਨਹੀਂ ਉਤਰਿਆ ਭਾਵ ਆਪਣੇ ਅੰਦਰ ਨੂੰ ਪਛਾਣਿਆ ਨਹੀਂ ਕਿ ਮੈਂ ਕੌਣਾ ਮੇਰਾ ਮੂਲ ਕੀ ਹੈ ਜਿਹਨੂੰ ਗੁਰੂ ਜੀ ਬਾਣੀ ਚ ਆਖਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੋ ਆਪਣਾ ਮੂਲ ਦੇਖ ਤੂੰ ਕੀ ਹੈ ਆਪਣੇ ਮੂਲ ਦੀ ਪਛਾਣ ਕਰ ਹੁਣ ਉਹ ਸਿਕ ਦਿਸ਼ਾਵਲਕ ਦੀ ਗਿਆਨ ਨਹੀਂ ਪਰ ਪਬਜੀ ਆਖਦੇ ਨੇ ਜੇ ਦਸਾਂ ਦਿਸ਼ਾਵਾਂ ਨੂੰ ਛੱਡ ਕੇ 11ਵੀਂ ਦਿਸ਼ਾ 'ਚ ਚਲਾ ਜਾਏ ਤੇ ਤੈਨੂੰ ਰੱਬ ਮਿਲ ਜਾਏ ਪਰ ਉਹ 11ਵੀਂ ਦਿਸ਼ਾ ਹੈ ਮਨੁੱਖ ਦੇ ਅੰਦਰ 10 ਦਿਸ਼ਾਵਾਂ ਬਾਹਰ ਨਹੀਂ ਅਸੀਂ ਪਿਛਲੇ ਹਫ਼ਤੇ ਵਿਚਾਰ ਕੀਤੀ ਸੀ 10 ਦਿਸ਼ਾਵਾਂ ਦੀ ਪੂਰਬ ਪੱਛਮ ਉੱਤਰ ਤੇ ਦੱਖਣ ਇਹ ਚਾਰ ਦਿਸ਼ਾਵਾਂ ਤੇ ਚਾਰ ਦਿਸ਼ਾਵਾਂ ਦੇ ਜਿਹੜੇ ਚਾਰ ਕਾਰਨਰ ਨੇ ਉਹਦੇ ਚਾਰ ਨੁਕਰਾਂ ਨੇ ਚਾਰ ਕੋਨੇ ਉਹਨਾਂ ਦੀ ਬਕਾਇਦਾ ਨਾਮ ਨੇ ਅਗਨੀ ਕੋਣ ਵਾਈਵੀ ਕੋਣ ਇਸ਼ਾਨ ਕੋਣ ਨੈਰਿਤਿਕ ਕੋਣ ਇਹ ਅੱਠ ਦਿਸ਼ਾਵਾਂ ਹੋ ਗਈਆਂ ਜਿਨੂੰ ਅਸੀਂ ਕਹ ਦਈਏ ਸਾਊਥ-ਈਸਟ ਸਾਊਥ-ਵੈਸਟ ਇਹਦਾ 8 ਦਿਸ਼ਾਵਾਂ ਇਹ ਹੋ ਗਈਆਂ ਇੱਕ ਉੱਪਰ ਹੈ ਦਿਸ਼ਾ ਇੱਕ ਥੱਲੇ ਹੈ ਦਿਸ਼ਾ ਉੱਪਰ ਤੋਂ ਥੱਲੇ ਮਿਲਾ ਕੇ ਇਹ 10 ਦਿਸ਼ਾਵਾਂ ਹੋ ਗਈਆਂ 10 ਦਿਸ਼ਾਵਾਂ ਦੇ ਵਿੱਚ ਮਨੁੱਖ ਨੇ ਦੌੜ ਭੱਜ ਕੀਤੀ ਰੱਬ ਨੂੰ ਪਾ ਨਾ ਸਕਿਆ ਪਰ ਪਗਤ ਜੀ ਕਹਿੰਦੇ ਨੇ ਜੇ ਕਿਤੇ ਇੱਕ ਦਿਸ਼ਾ ਵੱਲ ਇਹ ਦੌੜ ਜਾਂਦਾ ਇੱਕ ਦਿਸ਼ਾ ਵੱਲ ਆ ਜਾਂਦਾ ਫਿਰ ਇਹਦੀ ਜ਼ਿੰਦਗੀ 'ਚ ਸਾਰੇ ਸੰਕਟ ਮੁੱਕ ਜਾਣੇ ਸੀ ਉਹ ਦਿਸ਼ਾ ਸੀ ਆਪਣੇ ਅੰਦਰ ਉਤਰ ਜਾਂਦਾ ਇਹਦਾ ਮਨੁੱਖਾ ਜਨਮ ਸਫਲ ਹੋ ਜਾਣਾ ਸੀ ਇਹ ਕਾਦਸ਼ੀ ਇੱਕ ਦਿਸ਼ਾ ਤਵੇ ਇੱਕ ਦਿਸ਼ਾ ਵਿੱਚ ਜਾਵੇ ਇਹਦੀ ਜ਼ਿੰਦਗੀ ਦਾ ਨਿਸ਼ਾਨਾ ਇੱਕ ਹੋਣਾ ਚਾਹੀਦਾ ਸੀ ਇੱਕ ਪ੍ਰਭੂ ਇਹਦੀ ਮੰਜ਼ਲ ਹੋਣੀ ਚਾਹੀਦੀ ਸੀ ਕਿ ਮੈਂ ਇੱਕ ਤੱਕ ਪਹੁੰਚਣਾ ਹੈ ਇੱਕ ਰੱਬ ਨਾਲ ਸਾਥ ਪਾਣੀ ਹੈ ਇੱਕ ਨਿਸ਼ਾਨਾ ਹੋਣਾ ਚਾਹੀਦਾ ਸੀ ਔਰ ਜਦੋਂ ਮਨੁੱਖ ਆਪਣੀ ਹਿਰਦੇ ਦੇ ਵਿੱਚ ਉਸ ਪ੍ਰਭੂ ਨੂੰ ਖੋਜਦਾ ਹੈ ਜਿਹਨੂੰ ਭਗਤ ਜੀ ਨੇ ਆਪਣੀ ਬਾਣੀ ਚ ਹੋਰ ਥਾਂ ਵੀ ਕਿਹਾ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੀਂ ਇਹ ਹੈ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੀਂ ਕਿ ਜੇਕਰ ਆਪਣੇ ਅੰਦਰ ਖੋਜ ਨਾਏ ਇਹ ਬੰਦੇ ਆਪਣੇ ਅੰਦਰ ਉਸ ਪ੍ਰਭੂ ਦੀ ਪਛਾਣ ਕਰ ਲਵੇ ਫਿਰ ਤੇਰੀ ਜ਼ਿੰਦਗੀ ਚ ਕੋਈ ਪਰੇਸ਼ਾਨੀ ਰਹੇਗੀ ਨਹੀਂ ਜ਼ਿੰਦਗੀ ਦੀਆਂ ਤੇਰੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਮੁੱਕ ਜਾਣਗੀਆਂ ਜ਼ਿੰਦਗੀ ਦੇ ਵਿੱਚੋਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਜੇਕਰ ਤੂੰ ਆਪਣੇ ਅੰਦਰ ਖੋਜ ਲਵੇਂ ਔਰ ਜਿਹੜਾ ਮਨੁੱਖ ਆਪਣੇ ਅੰਦਰ ਫਿਰ ਖੋਜ ਲੈਂਦਾ ਹੈ ਤਾਂ ਕੰਬੀਰ ਜੀ ਆਖਦੇ ਨੇ ਉਹਦੀ ਦਿਲ ਦੇ ਵਿੱਚੋਂ ਪਰੇਸ਼ਾਨੀਆਂ ਮੁੱਕ ਜਾਂਦੀਆਂ ਨੇ ਉਹ ਫਿਰ ਪਰੇਸ਼ਾਨੀਆਂ 'ਚ ਪੈਂਦਾ ਨਹੀਂ ਹੈ ਇੱਥੇ ਵੀ ਉਹਨਾਂ ਪਰੇਸ਼ਾਨੀਆਂ ਦੀ ਗੱਲ ਚੱਲ ਰਹੀ ਹੈ ਜਿਹੜਾ ਮਨੁੱਖ ਇੱਕ ਦਿਸ਼ਾ ਵਿੱਚ ਆਪਣੀ ਹਿਰਦੇ 'ਚ ਉਤਰ ਕੇ ਉਸ ਪ੍ਰਭੂ ਨੂੰ ਦੇਖ ਲੈਂਦਾ ਹੈ ਉਹ ਮੁੜ ਕੇ ਫਿਰ ਸੰਕਟ 'ਚ ਨਹੀਂ ਪੈਂਦਾ ਇਹ ਕਾਦਸ਼ੀ ਇੱਕ ਦਿਸ਼ਤਾ ਵੈ ਭਵ ਮਸੀਹ ਤੋਂ 11ਵਾਂ ਦਿਨ ਇਕਾਦਸ਼ੀ ਇੱਥੋਂ ਇੱਕ ਗੱਲ ਸਿੱਖ ਲੈ ਇਕਾਦਸ਼ੀ ਦਾ ਤਾਪ ਤੂੰ ਇੱਕ ਦਿਸ਼ਾ ਵੱਲ ਜਾ ਇੱਕ ਦਿਸ਼ਤਾ ਹੈ ਕਿ ਇੱਕ ਦਿਸ਼ਾ ਵੱਲ ਤੂੰ ਜਾਣਾ ਚਾਹੀਦਾ ਹੈ ਤੇਰੀ ਮੰਜ਼ਿਲ ਇੱਕ ਹੋਣੀ ਚਾਹੀਦੀ ਹੈ ਮਨੁੱਖ ਜ਼ਿੰਦਗੀ ਦੇ ਵਿੱਚ ਮੰਜ਼ਿਲ ਤੇ ਕੋਈ ਰਖਦਾ ਨਹੀਂ ਹੈ ਪਰ ਇਸ ਕਰਕੇ ਦੁਸ਼ਾਂਤ ਸ਼ਾਮ ਵਿੱਚ ਭਟਕਦਾ ਫਿਰਦਾ ਹੈ ਭਟਕਦਾ ਉਹ ਹੈ ਜ ਜਿਹਦੀ ਜ਼ਿੰਦਗੀ ਦੇ ਵਿੱਚ ਨਿਸ਼ਾਨਾ ਕੋਈ ਨਹੀਂ ਹੈ ਜਿਹਦੀ ਜ਼ਿੰਦਗੀ ਦਾ ਕੋਈ ਏਮ ਨਹੀਂ ਹੈ ਨੋਰਥ ਨਹੀਂ ਹੈ ਉਹ ਫਿਰ ਦਸਾਂ ਦਿਸ਼ਾਵਾਂ ਵਿੱਚ ਭਟਕਦਾ ਹੈ ਕਦੀ ਇਹ ਕੰਮ ਕਰ ਲੈਂਦਾ ਇਥੋਂ ਬੋਰ ਹੋ ਜਾਂਦਾ ਛੱਡ ਕੇ ਦੂਜਾ ਕੰਮ ਕਰਨ ਲੱਗ ਜਾਂਦਾ ਉਥੋਂ ਬੋਰ ਹੋ ਜਾਂਦਾ ਛੱਡ ਕੇ ਤੀਜਾ ਕੰਮ ਕਰਨ ਲੱਗ ਜਾਂਦਾ ਮੰਜ਼ਿਲ ਉਹਨੂੰ ਕਿਤੇ ਨਹੀਂ ਮਿਲਦੀ ਕੋਈ ਕੰਪੂਰਾ ਕਹਿੰਦੀ ਨਹੀਂ ਇਹ ਤੇ ਮਨੁਸਤ ਹੈ ਜਿਵੇਂ ਕਿਸੇ ਆਦਮੀ ਨੂੰ ਪਿਆਸ ਲੱਗੇ ਤੇ ਉਹ ਖੱਡਾ ਖੋਦਣਾ ਸ਼ੁਰੂ ਕਰ ਦੇ ਕਿ ਮੈਂ ਇੱਥੇ ਖੂਹ ਪਟਾਂਗਾ ਪਿਆਸ ਮੇਰੀ ਪਾਣੀ ਕੱਢਾਂਗਾ ਪਾਣੀ ਪੀ ਕੇ ਪਿਆਸ ਮੋਝਾਂਗਾ ਤੇ ਖੱਡਾ ਖੋਦਦੇ ਆ ਤੇ ਸੋਚਣ ਲੱਗ ਜਾਈ ਵੀ ਸਵੇਰ ਤੋਂ ਸ਼ਾਮ ਤੱਕ ਖੱਡਾ ਖੋਦ ਲਿਆ ਪਾਣੀ ਤੇ ਨਿਕਲਿਆ ਨਹੀਂ ਸ਼ਾਇਦ ਇੱਥੇ ਪਾਣੀ ਨਹੀਂ ਮੈਂ ਦੂਜੀ ਥਾਂ ਜਾ ਕੇ ਖੋਜ ਲਵਾਂ ਫਿਰ ਦੂਜੀ ਥਾਂ ਜਾ ਕੇ ਜ਼ਮੀਨ ਚ ਦੂਜੇ ਦਿਨ ਫਿਰ ਇੱਕ ਹੋਰ ਖੂਹ ਪਟਣਾ ਸ਼ੁਰੂ ਕਰ ਦੇ ਸਾਰਾ ਦਿਨ ਖੂਪ ਪਰਦਾਰ ਵੇ ਤੇ ਕਵੇ ਮੈਂ ਥੱਕ ਗਿਆ ਪਾਣੀ ਤੇ ਨਿਕਲਿਆ ਨਹੀਂ ਤੂੰ ਤੀਜੀ ਥਾਂ ਚਲਾ ਜਾਵਾ ਤੀਜੀ ਥਾਂ ਪੁੱਟਣ ਲੱਗ ਜਾਏ ਐਸਾ ਮਨੁੱਖ ਜ਼ਿੰਦਗੀ ਚ ਕਦੀ ਵੀ ਖੂਪ ਪਟਕੇ ਵਿੱਚੋਂ ਪਾਣੀ ਨਹੀਂ ਪ੍ਰਗਟ ਕਰ ਸਕਦਾ ਖੂਪ ਪਟਣ ਦੇ ਲਈ ਇੱਕ ਥਾਂ ਤੇ ਹੀ ਤਰਤੀ ਪਟਣੀ ਪੈਂਦੀ ਹੈ ਇਦਾਂ ਹੀ ਮਨੁੱਖ ਰੱਬ ਦੀ ਖੋਜ ਲਈ ਵੀ ਥਾਂ ਥਾਂ ਗਿਆ ਇੱਥੋਂ ਰੱਬ ਮਿਲ ਜਾਏ ਨਹੀਂ ਮਿਲਿਆ ਉੱਥੋਂ ਮਿਲ ਜਾਏ ਉਧਰੋਂ ਨਹੀਂ ਮਿਲਿਆ ਇਧਰੋਂ ਮਿਲ ਜਾਏ ਜਾਂ ਜ਼ਿੰਦਗੀ ਵਿੱਚ ਮੈਂ ਆ ਕੰਮ ਕਰ ਲਵਾਂ ਉਹ ਕੰਮ ਕੀਤਾ ਅਜੇ ਕੰਮ ਪੂਰਾ ਕੀਤਾ ਨਹੀਂ ਰਿਜ਼ਲਟ ਨਿਕਲਿਆ ਨਹੀਂ ਛੱਡ ਦਿੱਤਾ ਰਿਜ਼ਲਟ ਤੇ ਨਿਕਲ ਨਹੀਂ ਰਿਹਾ ਚਲ ਦੂਜਾ ਕੰਮ ਕਰ ਨਵਾ ਉਹ ਕੰਮ ਕਰਦਾ ਫਿਰ ਰਿਜ਼ਲਟ ਨਹੀਂ ਨਿਕਲਦਾ ਫਿਰ ਮੈਂ ਤੀਜਾ ਕਰ ਨਵਾ ਮਨੁੱਖ ਜਿਵੇਂ ਕੋਈ ਕਵੇ ਕਿ ਮੈਂ ਆਪਣੀ ਬੋਡੀ ਬਣਾਣੀ ਮੈਂ ਜਿਮ ਜਾਇਆ ਕਰਾਂ ਤੇ ਹਫਤਾ 10 ਦਿਨ ਜਾ ਕੇ ਕਵੇ ਅਜ ਤੱਕ ਤੇ ਡੋਲੇ ਬਣੇ ਨਹੀਂ ਮੇਰੀ ਬੋਡੀ ਤੇ ਬਣੀ ਨਹੀਂ ਛੱਡੋ ਭਰਾ ਕੁਝ ਹੋਰ ਕੰਮ ਕਰ ਲਈਏ ਏਦਾਂ ਏਦਾਂ ਹੀ ਮਨੁੱਖ ਰੱਬ ਦੀ ਖੋਜ ਲਈ ਥਾਂ ਥਾਂ ਪਟਕਦਾ ਰਿਹਾ ਦਸਾਂ ਦਿਸ਼ਾਵਾਂ ਚ ਪਟਕਦਾ ਰਿਹਾ ਆਪਣੇ ਅੰਦਰ ਆਤਮੇ ਨੂੰ ਨੇ ਪਛਾਣਿਆ ਨਹੀਂ ਆਪਣੇ ਆਪੇ ਨੂੰ ਪਛਾਨ ਲੈਂਦਾ ਨਾ ਜਿਨੀ ਆਤਮ ਚੀਨਿਆ ਚੀਨਿਆ ਮਨੇ ਪਛਾਨ ਲੈਣਾ ਜਿਨੀ ਆਤਮ ਚੀਨਿਆ ਪਰਮਾਤਮ ਸੋਈ ਉਹੀ ਤੇ ਰਬ ਹੈ ਆਤਮ ਨੂੰ ਪਛਾਨਣਾ ਹੀ ਪਰਮ ਆਤਮ ਹੈ ਉਹੀ ਪ੍ਰਭੂ ਹੈ ਆਤਮ ਹੀ ਅਸਲ ਚ ਪਰਮ ਆਤਮ ਹੈ ਆਪਨੇ ਹੀ ਪ੍ਰਭੂ ਦਾ ਰੂਪ ਹੈ ਜਿਨੀ ਆਤਮ ਚੀਨਿਆ ਪਰਮਾਤਮ ਸੋਈ ਦੂਜੇ ਦੀ ਆਤਮਾ ਉਹ ਰਬ ਹੈ ਤੀਜੇ ਦੀ ਆਤਮਾ ਰਬ ਹੈ ਆਤਮਾ ਪ੍ਰਾਤਮਾ ਇਕੂ ਕਰ ਹੈ ਮੇਰੀ ਆਤਮਾ ਪ੍ਰਾਤਮਾ ਮੈਨੇ ਦੂਜੇ ਦੀ ਆਤਮਾ ਪ੍ਰਾਈ ਆਤਮਾ ਇੱਕ ਰੱਬ ਹੀ ਤੇ ਹੈ ਤੇ ਜਦੋਂ ਇਸ ਗੱਲ ਦੀ ਸਮਝ ਆ ਜਾਏਗੀ ਅੰਤਰ ਕੀ ਦੁਬਦਾ ਅੰਤਰ ਮਰੇ ਅੰਦਰ ਦਾ ਦੁਜਿੱਤਾ ਪਰ ਅੰਦਰ ਹੀ ਖਤਮ ਹੋ ਜਾਏਗਾ ਇਹ ਬੜੀ ਹੈਰਾਨੀ ਵਾਲੀ ਕਥਾ ਹੈ ਕਿ ਦੂਜੇ ਦੀ ਆਤਮਾ ਚ ਰੱਬ ਹੈ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਪ੍ਰਾਤਮਾ ਮੈਨੇ ਪ੍ਰਾਈ ਆਤਮਾ ਜਿਹੜੀ ਦੂਜੀ ਆਤਮਾ ਜਿਹਨੂੰ ਕਹਿੰਦਾ ਹੈ ਇਹ ਮੇਰੀ ਮਾਂ ਹੈ ਇਹ ਮੇਰਾ ਪੁੱਤਰ ਹੈ ਇਹ ਮੇਰਾ ਮਿੱਤਰ ਹੈ ਮੇਰਾ ਦੁਸ਼ਮਣ ਹੈ ਉਹ ਰੱਬ ਹੀ ਤੇ ਹਨ ਸਾਰੇ ਪ੍ਰਾਤਮਾ ਪਰਮ ਕਰੂ ਜਦੋਂ ਨਿਜ ਦੇ ਦਿਸ਼ਾ ਵਿੱਚ ਕੋਈ ਉਤਰਦਾ ਹੈ ਇੱਕ ਆਦში ਇੱਕ ਦਿਸ਼ਤਾ ਹੈ ਜਦੋਂ ਇੱਕ ਰੱਬ ਇਹਦਾ ਨਿਸ਼ਾਨਾ ਬਣ ਜਾਂਦਾ ਹੈ ਇੱਕ ਰੱਬ ਵਾਲੇ ਪਾਸੇ ਤੁਰ ਪੈਂਦਾ ਹੈ ਜਦੋਂ ਇਹਦੀ ਜ਼ਿੰਦਗੀ ਦਾ ਨਿਸ਼ਾਨਾ ਇੱਕ ਹੋ ਜਾਂਦਾ ਹੈ ਇਹਦੇ ਨਾਲ ਸਾਨੂੰ ਜ਼ਿੰਦਗੀ ਵਿੱਚ ਵੀ ਇੱਕ ਗੱਲ ਸਮਝ ਆਉਂਦੀ ਹੈ ਕਿ ਜ਼ਿੰਦਗੀ 'ਚ ਸਫਲ ਹੋਣਾ ਨਿਸ਼ਾਨਾ ਇੱਕ ਹੋਣਾ ਚਾਹੀਦਾ ਹੈ ਨਿਸ਼ਾਨੇ 2 ਨਹੀਂ ਹੋਣੇ ਚਾਹੀਦੇ 4 ਨਹੀਂ ਹੋਣੇ ਚਾਹੀਦੇ ਮਨੂੰ ਹੱਥ ਵਿੱਚ ਤੀਰਕਮਾਨ ਫੜਿਆ ਹੋਇਆ ਹੈ ਤੇ ਸਾਹਮਣੇ ਨਿਸ਼ਾਨਾ ਲਗਾਣੇ ਨਿਸ਼ਾਨੇ ਹੋਣ ਸਾਹਮਣੇ 2 ਇੱਕ ਤੀਰ ਦੋਨਾਂ ਪਾਸੇ ਨਹੀਂ ਜਾ ਕੇ ਲੱਗੇਗਾ ਇੱਕ ਪਾਸੇ ਲੱਗੇਗਾ ਇਸ ਕਰਕੇ ਇੱਕ ਪਾਸੇ ਹੀ ਨਿਸ਼ਾਨਾ ਸਿੱਧਾ ਪਵੇਗਾ ਹੱਥ ਵਿੱਚ ਬੰਦੂਕ ਫੜੀ ਹੋਵੇ ਤੇ ਸਾਹਮਣੇ 5 ਨਿਸ਼ਾਨੇ ਹੋਣ ਤੇ ਬੰਦੂਕ ਦੇ ਵਿੱਚ ਗੋਲੀ ਤੇ ਇੱਕੋ ਨਿਕਲੇਗੀ ਇੱਕੋ ਨਿਸ਼ਾਨੇ ਤੇ ਜਾ ਕੇ ਲੱਗੇਗੀ ਪਰ ਜਿਹੜਾ 5 ਨਿਸ਼ਾਨੇ ਸੋਚੀ ਬੈਠਾ ਉਹਦੀ ਗੋਲੀ ਕਿਸੇ ਵੀ ਨਿਸ਼ਾਨੇ ਤੇ ਨਹੀਂ ਲੱਗੇਗੀ ਇਸੇ ਤਰ੍ਹਾਂ ਜ਼ਿੰਦਗੀ 'ਚ ਕਿਸੇ ਚੀਜ਼ ਵਿੱਚ ਕਾਮਯਾਬ ਹੋਣਾ ਹੈ ਨਿਸ਼ਾਨਾ ਇੱਕ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਮੈਂ ਉਦਾਹਰਨ ਦੇ ਤੌਰ ਤੇ ਕੋਈ ਕਵੇ ਕਿ ਮੈਂ ਕਥਾ ਵਿੱਚ ਵੀ ਮਾਸਟਰ ਹੋ ਜਾਵਾਂ ਕੀਰਤਨ 'ਚ ਮੈਂ ਵੱਖਰਾ ਮਾਸਟਰ ਹੋ ਜਾਵਾਂ ਸਾਇੰਸ ਦੇ ਵਿੱਚ ਮੈਂ ਵੱਖਰਾ ਮਾਸਟਰ ਹੋ ਜਾਵਾਂ ਇੰਜੀਨੀਅਰਿੰਗ ਦੇ ਵਿੱਚ ਮੈਂ ਵੱਖਰਾ ਮਾਸਟਰ ਹੋ ਜਾਵਾਂ ਮੈਡੀਕਲ ਸਾਇੰਸ 'ਚ ਵੱਖਰਾ ਹੋ ਜਾਵਾਂ ਡਾਕਟਰ ਵੀ ਮੈਂ ਟੌਪ ਦਾ ਹੋਵਾਂ ਵਕੀਲ ਵੀ ਟੌਪ ਦਾ ਹੋਵਾਂ ਜੱਜ ਵੀ ਟੌਪ ਦਾ ਹੋਵਾਂ ਮੈਂ ਡਰਾਈਵਰ ਵੀ ਟੌਪ ਦਾ ਹੋਵਾਂ ਬਿਜ਼ਨਸਮੈਨ ਵੀ ਟੌਪ ਦਾ ਹੋਵਾਂ ਸਾਰੀਆਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ ਇੱਕ ਇੱਕ ਕਰਕੇ ਤੇ ਸਾਰੀਆਂ ਹੋ ਸਕਦੀਆਂ ਨੇ ਪਰ ਇੱਕ ਟਾਈਮ ਦੇ ਵਿੱਚ ਇੱਕ ਚੀਜ਼ ਹੋਏਗੀ 2 10 20 ਨਹੀਂ ਨਿਸ਼ਾਨਾ ਇੱਕ ਤੇ ਹੋਣਾ ਚਾਹੀਦਾ ਇਦਾਂ ਹੀ ਜ਼ਿੰਦਗੀ ਵਿੱਚ ਜੇ ਕੋਈ ਆਦਤ ਸੁਧਾਰਨੀ ਹੈ ਤੇ ਇਹ ਨਹੀਂ ਹੋ ਸਕਦਾ ਇੱਕੋ ਦਿਨ ਹੀ ਮੈਂ ਸਾਰੀਆਂ ਚੰਗੀਆਂ ਆਦਤਾਂ ਗ੍ਰਹਿਣ ਕਰਨੀਆਂ ਸ਼ੁਰੂ ਕਰ ਦੇਆ ਬੁਰੀਆਂ ਛੱਡ ਦੇਆ ਨਹੀਂ ਇੱਕ ਇੱਕ ਆਦਤ ਨੂੰ ਸਮਾਂ ਦੇਣਾ ਪਏਗਾ ਇੱਕ ਇੱਕ ਕੰਮ ਨੂੰ ਸਮਾਂ ਦੇਣਾ ਪਏਗਾ ਕਟੋ-ਕਟ ਇੱਕ-ਇੱਕ ਆਦਤ ਨੂੰ ਇੱਕ-ਇੱਕ ਮਹੀਨਾ ਦਿਓਗੇ 30-30 ਦਿਨ ਇੱਕ ਆਦਤ ਪੱਕੀ ਕਰੋਗੇ ਤਾਂ ਪੱਕੀ ਹੋਏਗੀ ਅਗਲੇ ਮਹੀਨੇ ਦੂਜੀ ਆਦਤ ਲੈ ਲਓ ਸਾਰੇ ਕੰਮ ਸਟੈਪ ਬਾਈ ਸਟੈਪ ਹੋਣਗੇ ਇੱਕੋ ਦਿਨ ਵਿੱਚ ਹੀ ਸਫਲਤਾ ਨਹੀਂ ਮਿਲਦੀ ਹੁੰਦੀ ਹੌਲੀ-ਹੌਲੀ ਇੱਕ ਕਰਮ ਦਾ ਅਭਿਆਸ ਕਰ ਕਰਕੇ ਫਿਰ ਜਾ ਕੇ ਸਫਲਤਾ ਮਿਲਦੀ ਹੈ ਰਾਤੋਂ-ਰਾਤ ਕਦੀ ਕੋਈ ਸਫਲ ਨਹੀਂ ਹੋਇਆ ਲੋਕ ਕਹਿੰਦੇ ਨੇ ਪਹਾੜ ਤੇ ਪਹੁੰਚ ਗਿਆ ਲੋਕਾਂ ਨੇ ਉਹਨੂੰ ਪਹਾੜ ਤੇ ਪਹੁੰਚਿਆ ਤੇ ਦੇਖਿਆ ਪਰ ਕਿੰਨੇ ਦਿਨ ਉਨੇ ਪੱਥਰਾਂ ਨੂੰ ਪਿੱਛੇ ਕਰ ਕਰਕੇ ਸਫਰ ਕੀਤਾ ਪੈਰਾਂ 'ਤੇ ਉਹਦੇ ਛਾਲੇ ਪੈ ਗਏ ਉਹਦੇ ਪੈਰਾਂ ਦੇ ਛਾਲੇ ਕਿਸੇ ਨੇ ਨਹੀਂ ਦੇਖੇ ਕਿ ਉਹ ਇੱਕ ਦਿਨ 'ਚ ਪਹਾੜ 'ਚ ਨਹੀਂ ਚੜਿਆ ਕਈ ਦਿਨ ਦਾ ਸਫਰ ਕਰ ਰਿਹਾ ਹੈ ਕੋਈ ਇੱਕ ਦਿਨ 'ਚ ਸਫਲ ਨਹੀਂ ਹੋ ਜਾਂਦਾ ਕਿ ਰੱਤੋਂ ਰਾਤ ਇਹਦੇ ਮਿਊਜ਼ਿਕ ਨੇ ਤੁਮਾ ਪਾ ਦਿੱਤੀਆਂ ਪਰ ਉਸ ਮਿਊਜ਼ਿਕ ਨੂੰ ਸਿੱਖਣ ਲਈ ਨੂੰ ਕਿੰਨੇ ਸਾਲ ਲੱਗੇ ਤੇ ਕੋਈ ਨਹੀਂ ਜਾਣਦਾ ਇਸ ਕਰਕੇ ਹਰ ਚੀਜ਼ ਸਮਾਂ ਮੰਗਦੀ ਹੈ ਜਿਸ ਚੀਜ਼ ਵਿੱਚ ਕਾਮਯਾਬ ਹੋਣਾ ਹੈ ਉਸ ਚੀਜ਼ ਦਾ ਨਿਸ਼ਾਨਾ ਬਣਾ ਲਓ ਤੇ ਉੱਥੇ ਤੁਰਨਾ ਸ਼ੁਰੂ ਕਰ ਦਿਓ ਇੱਕ ਟਾਈਮ ਤੇ ਇੱਕ ਚੀਜ਼ ਦਾ ਨਿਸ਼ਾਨਾ ਬਣਾ ਲਓ ਕਿ ਮੇਰੀ ਜ਼ਿੰਦਗੀ ਦਾ ਇਹ ਏਮ ਹੈ ਮਰੀ ਮੰਜ਼ਲੇ ਤੇ ਪਹੁੰਚਣਾ ਹੈ ਉੱਥੇ ਪਹੁੰਚ ਕੇ ਅਗਲਾ ਨਿਸ਼ਾਨਾ ਉੱਪਰ ਬਣਾ ਲਓ ਇੱਕ ਆਦਤ ਦੇ ਉੱਪਰ ਮਹੀਨਾ ਲਗਾਓ ਉਹ ਆਦਤ ਪੱਕ ਜਾਏਗੀ ਫਿਰ ਦੂਸਰੀ ਆਦਤ ਬਦਲ ਲਓ ਇੱਕ ਮਹੀਨਾ ਉਹਨੂੰ ਲਗਾਓ ਜੇ ਅਸੀਂ ਹਰ ਰੋਜ਼ ਇੱਕ ਆਦਤ ਪੱਕੀ ਕਰੀਏ ਇੱਕ ਮਹੀਨੇ 'ਚ ਇੱਕ ਆਦਤ ਪੱਕੀ ਕਰੀਏ ਸਾਲ 'ਚ ਅਸੀਂ 12 ਚੰਗੀਆਂ ਆਦਤਾਂ ਸਿੱਖ ਜਾਵਾਂਗੇ ਇੱਕ ਮਹੀਨਾ ਰੋਜ਼ ਪ੍ਰੈਕਟਿਸ ਕਰੀਏ ਕਿ ਸੱਚ ਬੋਲਣਾ ਹੈ ਤੇ ਇੱਕ ਮਹੀਨੇ ਚ ਸੱਚ ਬੋਲਣਾ ਸਿੱਖ ਜਾਵਾਂਗੇ ਫਿਰ ਅਗਲੇ ਮਹੀਨੇ ਸ਼ੁਰੂ ਕਰੋ ਕਿ ਕ੍ਰੋਧ ਛੱਡ ਕੇ ਮਿੱਠਾ ਬੋਲਣਾ ਹੈ ਇੱਕ ਮਹੀਨਾ ਮਿੱਠਾ ਬੋਲਣ ਦੀ ਪ੍ਰੈਕਟਿਸ ਕਰੋ ਫਿਰ ਇੱਕ ਉਸ ਤੋਂ ਅਗਲਾ ਇੱਕ ਮਹੀਨਾ ਗੁਰਬਾਣੀ ਯਾਦ ਕਰਨ ਦੀ ਪ੍ਰੈਕਟਿਸ ਕਰ ਲਓ ਉਸ ਤੋਂ ਅਗਲਾ ਇੱਕ ਮਹੀਨਾ ਕੋਈ ਹੋਰ ਚੰਗੀ ਆਦਤ ਪਾ ਲਓ ਇੱਕ ਕਹਾਵਤ ਹੈ ਕਿ ਕਦੀ ਵੀ ਤਿੰਨ ਚਾਰ ਖਰਗੋਸ਼ ਇਕੱਠੇ ਨਹੀਂ ਫੜੇ ਜਾ ਸਕਦੇ ਇੱਕ ਟਾਈਮ ਤੇ ਇੱਕ ਖਰਗੋਸ਼ ਪਿੱਛੇ ਦੌੜੋ ਫੜਿਆ ਜਾਏਗਾ ਇੱਕ ਟਾਈਮ ਤੇ ਤਿੰਨ ਚਾਰ ਖਰਗੋਸ਼ਾਂ ਪਿੱਛੇ ਦੌੜਾਂਗੇ ਉਹ ਕਦੀ ਨਹੀਂ ਫੜੇ ਜਾਣਗੇ ਇੱਕ ਟਾਈਮ ਤੇ ਸਿਰਫ ਇੱਕ ਖਰਗੋਸ਼ ਪਿੱਛੇ ਦੌੜੋ ਬਾਕੀ ਖਰਗੋਸ਼ ਛੱਡ ਦਿਓ ਇੱਕ ਫੜਿਆ ਜਾਏਗਾ ਬਾਕੀ ਫਿਰ ਦੂਸਰੇ ਵਾਰ ਦੂਜੇ ਪਿੱਛੇ ਦੌੜ ਪਿਓ ਕਿ ਕਿੱਕ ਪਿੱਛੇ ਦੌੜੋਗੇ ਉਹ ਥੱਕ ਜਾਏਗਾ ਆਖਰ ਰੁਕ ਜਾਏਗਾ ਤੇ ਤੁਸੀਂ ਫੜ ਲਓਂਗੇ ਇੱਕ ਟਾਈਮ ਤੇ ਇੱਕ ਇਹ ਕਦਛੀ ਇੱਕ ਨਿਸ਼ਤਾ ਹੈ ਮੰਜ਼ਿਲ ਤੇ ਪਹੁੰਚਣਾ ਤੇ ਇਹ ਨਹੀਂ ਹੋ ਸਕਦਾ ਮੈਂ ਪੂਰਬ ਵੱਲ ਵੀ ਸਫ਼ਰ ਕਰਾਂ ਤੇ ਪੱਛਮ ਵੱਲ ਵੀ ਸਫ਼ਰ ਕਰਾਂ ਤੇ ਮੈਂ ਆਪਣੇ ਘਰ ਪਹੁੰਚ ਜਾਵਾਂ ਨੇ ਜਿੱਦਦਰ ਮੇਰਾ ਕਰ ਹੈ ਸਿਰਫ ਉਸ ਦਿਸ਼ਾ ਵਾਲੀ ਸਫਰ ਕਰਨਾ ਪਾਏਗਾ ਜਿਹੜੀ ਮੇਰੀ ਮੰਜ਼ਿਲ ਹੈ ਮੈਂ ਉਧਰ ਨੂੰ ਜਾਵਾਂ ਇਹੀ ਕਰਨ ਜਦੋਂ ਦਰੁਣਾਚਾਰੀਆਂ ਨੇ ਪੁੱਛਿਆ ਸੀ ਆਪਣੇ ਸ਼ਿਸ਼ਿਆ ਨੂੰ ਕਿ ਤੁਸੀਂ ਨਿਸ਼ਾਨਾ ਲਗਾਣਾ ਸਿੱਖ ਰਹੇ ਹੋ ਸਾਹਮਣੇ ਕੀ ਨਜ਼ਰ ਆ ਰਿਹਾ ਹੈ ਕਿਸੇ ਨੇ ਕਿਹਾ ਸੀ ਮੈਨੂੰ ਪਹਾੜ ਨਜ਼ਰ ਆ ਰਹੇ ਹੈ ਕਿਸੇ ਨੇ ਕਿਹਾ ਸੀ ਜੰਗਲ ਨਜ਼ਰ ਆ ਰਹੇ ਹੈ ਇੱਕ ਅਰਜੁਨ ਸੀ ਜਿਹਨੇ ਕਿਹਾ ਸੀ ਮੈਨੂੰ ਸਿਰਫ ਅੱਖ ਨਜ਼ਰ ਆ ਰਹੀ ਜੁੜੀ ਦੀ ਉਧਰ ਜਾਣ ਚਾਹੀਏ ਨਹੀਂ ਕਿ antisense ਨਿਸ਼ਾਨਾ ਸਿਰਫ ਤੇਰਾ ਹੀ ਲੱਗੇਗਾ ਕਿਉਂਕਿ ਤੇਰਾ ਨਿਸ਼ਾਨਾ ਇੱਕ ਹੈ ਅੱਖ ਜਿਹਦਾ ਨਿਸ਼ਾਨਾ ਜੰਗਲ ਹੈ ਉਹ ਕਿਹੜੇ ਪੀੜ ਤੇ ਤੀਰ ਮਾਰੇਗਾ ਜਿਹਦਾ ਨਿਸ਼ਾਨਾ ਪਹਾੜ ਹੈ ਉਹ ਕਿਹੜੇ ਪੱਥਰ ਤੇ ਤੀਰ ਮਾਰੇਗਾ ਜਿਹਦਾ ਨਿਸ਼ਾਨਾ ਅੱਖ ਹੈ ਸਿਰਫ ਨਿਸ਼ਾਨਾ ਉਸੇ ਦਾ ਲੱਗੇਗਾ ਇਸ ਕਰਕੇ ਜੇ ਪ੍ਰਭੂ ਦੀ ਖੋਜ ਕਰਨੀ ਹੈ ਨਿਸ਼ਾਨਾ ਜ਼ਿੰਦਗੀ ਚ ਇੱਕ ਹੋਣਾ ਚਾਹੀਦਾ ਹੈ ਇੱਕ ਪ੍ਰਭੂ ਕਿ ਮੈਂ ਪ੍ਰਭੂ ਤੱਕ ਪਹੁੰਚਣਾ ਹੈ ਤਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਪਰਿਆ ਉਹ ਇੱਕ ਦਿਸ਼ਾ ਬਣ ਜਾਏ ਪ੍ਰਭੂ ਕਿ ਪ੍ਰਭੂ ਦੀ ਖੋਜ ਆਪਣੇ ਨਿਜ ਦੇ ਵਿੱਚ ਉਤਰ ਕੇ ਨਸ ਪ੍ਰਭੂ ਨੂੰ ਖੋਜਣਾ ਹੈ ਜਦੋਂ ਕੋਈ ਆਪਣੇ ਨਿਜ ਵਿੱਚ ਆਤਮ ਦੇ ਵਿੱਚ ਉਤਰਦਾ ਹੈ ਆਪਣੀ ਆਤਮ ਨੂੰ ਪਛਾਣਦਾ ਹੈ ਆਪਣੇ ਆਪੇ ਨੂੰ ਪਛਾਣਦਾ ਹੈ ਉਦੋਂ ਕੀ ਹੁੰਦਾ ਹੈ ਤੋ ਜੋਨੀ ਸੰਕਟ ਬਹੁਰ ਨ ਆਵੇ ਫਰ ਅਮਨੁਖ ਜੂਨ ਦਾ ਜਿਹੜਾ ਸੰਕਟ ਹੈ ਨਾ ਕਾਮ ਕ੍ਰੋਧ ਜੋ ਮੋਹੰਕਾਰ ਅਸਾਤ੍ਰishna ਇਨ ਜਿਹੜੇ ਨਹੀਂ ਹੁੰਦੇ ਚਿੰਤਾ ਫਿਕਰ ਪਰੇਸ਼ਾਨੀਆਂ ਮੁੱਕ ਜਾਂਦੇ ਨੇ ਮੈਂ ਤੇ ਸਪਸ਼ਟ ਕਰ ਦਿਆਂ ਕਿ ਦਰਪਣ ਦੇ ਵਿੱਚ ਭਾਵੇਂ ਇੱਥੇ ਜੁਨਾ ਦੀ ਗੱਲ ਕੀਤੀ ਗਈ ਜਨਮ ਮਰਨ ਦੀ ਗੱਲ ਕੀਤੀ ਗਈ ਪਰ ਗੱਲ ਸਰੀਰ ਦੀ ਇੱਥੇ ਚੱਲ ਰਹੀ ਇਸ ਕਰਕੇ ਜੁਨੀ ਮਨੁੱਖਾ ਜੁਨੀ ਜ਼ਿਆਦਾ ਟੁਕਦਾ ਹੈ ਹਾਂ ਜੇ ਪਸ਼ੂਆਂ ਦੀ ਜੁਨੀਆਂ ਕਰਨੀਆਂ ਉਹ ਵੀ ਠੀਕ ਹੈ ਉਹ ਪਸ਼ੂਆਂ ਵਾਲੀਆਂ ਜੁਨੀਆਂ ਦੇ ਸੰਕਟ ਦੀ ਤੋੜਦਾ ਉਹ ਲੋਭ ਕਰਕੇ ਕੁੱਤੇ ਦੀ ਜੂਨ ਚਲੀ ਜਾਂਦਾ ਉਹ ਹੰਕਾਰ ਕਰਕੇ ਹਾਥੀ ਨਹੀਂ ਬਣਦਾ ਉਹ ਜਿਉਂਦੇ ਜੀ ਜਮੀਨ ਜਰਾਤ ਤੇ ਕੁੰਡਲੀ ਮਾਰ ਕੇ ਸੱਪ ਨਹੀਂ ਬਣ ਕੇ ਬਹਿੜਦਾ ਉਹ ਨਿੰਦਿਆ ਚੁਗਲੀ ਦੀ ਗੰਦਗੀ ਖਾ ਕੇ ਸੂਰ ਨਹੀਂ ਬਣਦਾ ਉਹਦੀ ਜ਼ਿੰਦਗੀ ਇਹਨਾਂ ਪਸ਼ੂਆਂ ਦੀ ਬਿਰਤੀਆਂ ਚ ਉੱਚੀ ਉੱਠ ਜਾਂਦੀ ਹੈ ਆਮ ਤੌਰ ਤੇ ਕੀ ਹੁੰਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਸਰੀਰ ਮਨੁੱਖਾਂ ਵਾਲੇ ਕੰਮ ਪਸ਼ੂਆਂ ਵਾਲੇ ਨਹੀਂ ਪਰ ਜਦੋਂ ਗੁਰੂ ਦਾ ਗਿਆਨ ਮਿਲ ਜਾਂਦਾ ਹੈ ਉਦੋਂ ਇਹ ਪਸ਼ੂ ਜੁਨੀਆਂ ਉਹਦੀਆਂ ਮੁੱਕ ਜਾਂਦੀਆਂ ਨੇ ਇਹ ਪਸ਼ੂ ਜੁਨੀਆਂ ਦੇ ਸੰਕਟ ਖਤਮ ਹੋ ਜਾਂਦੇ ਨੇ ਗੁਰਮੰਤਰ ਹਿਣਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟ ਨੇ ਸੂਕਰੇ ਕੂਕਰੇ ਗਰਦਵੇ ਕੂਕਰੇ ਸੂਕਰੇ ਗਰਦਵੇ ਕਾਕੇ ਸਰਪ ਨੇ ਤੁਲ ਖਲੇ ਆਗੜੇ ਪਸ਼ੂ ਵਰਤੀਆਂ ਨੇ ਗੁਰੂ ਦੇ ਗਿਆਨ ਸਦਕਾ ਖਤਮ ਹੋ ਜਾਂਦੀਆਂ ਨੇ ਤੋ ਜੋਨੀ ਸੰਕਟ ਬੋਹਰ ਨਾ ਆਵੇ ਫਿਰ ਪਸ਼ੂਆਂ ਵਾਲੀਆਂ ਜੂਨਾ ਦੇ ਜਿਹੜੇ ਸੰਕਟ ਨੇ ਵਿਕਾਰ ਇਹ ਆਉਂਦੇ ਨਹੀਂ ਹਨ ਤੇ ਪਰ ਜੇ ਅਸੀਂ ਗੱਲ ਕਰੀਏ ਮਲਖਾ ਸਰੀਰ ਦੀ ਤੇ ਗੱਲ ਸਰੀਰ ਦੀ ਸਾਰੇ ਪਿਛਲੇ ਲੜੀਵਾਰ ਸ਼ਲੋਕਾਂ ਚ ਚੱਲ ਰਹੀ ਹੈ ਜਿਨੇ ਪਦੇ ਨੇ ਕਿ ਜਦੋਂ ਕੋਈ ਆਪਣੀ ਇੱਕ ਦਿਸ਼ਾ ਆਪਣੇ ਨਿਜ ਵਿੱਚ ਉਤਰ ਜਾਂਦਾ ਹੈ ਮਨੁੱਖਾ ਜਨਮ ਦੇ ਵਿੱਚ ਉਹ ਸੰਕਟ ਚ ਨਹੀਂ ਹੁੰਦਾ ਤੋ ਜੋ ਨਹੀਂ ਸੰਕਟ ਬਹਰ ਨਾ ਆਵੇ ਇੱਥੇ ਹੱਥ ਲਿਖਤ ਪ੍ਰਮਾਣਿਕ ਵੀੜਾ ਵਿੱਚ ਸੰਕਟ ਦੇ ਟੈਂਕੇ ਨੂੰ ਸਿਹਾਰੀ ਮਿਲਦੀ ਹੈ ਭਾਵ ਸੰਕਟ ਵਿੱਚ ਜੋਮ ਦੇ ਸੰਕਟ ਵਿੱਚ ਨਹੀਂ ਪੈਂਦਾ ਫਿਰ ਅਸਲ ਵਿੱਚ ਉਹ ਇਨਸਾਨ ਬਣ ਕੇ ਜ਼ਿੰਦਗੀ ਨੂੰ ਜੀਉਂਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਸੰਕਟ ਉਹਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਦੁੱਖ ਮੁਸ਼ਕਲਾਂ ਤਕਲੀਫਾਂ ਇਹ ਨਹੀਂ ਹੁੰਦੀਆਂ ਇਹਨਾਂ ਸੰਕਟਾਂ ਤੋਂ ਉਹ ਉੱਭਰ ਜਾਂਦਾ ਹੈ ਸ਼ੀਤਲ ਨਿਰਮਲ ਪਿਆ ਸਰੀਰਾ ਹੁਣ ਉਹਦਾ ਸਰੀਰ ਸ਼ੀਤਲ ਨਿਰਮਲ ਹਾਤਿਕ ਪ੍ਰਮਾਣਿਕ ਬੀੜਾਂ ਦੇ ਵਿੱਚ ਸ਼ੀਤਲ ਤੇ ਨਿਰਮਲ ਦੋਨਾਂ ਤੇ ਲੱਲੇ ਨੂੰ ਔਂਕੜ ਮਿਲਦੀ ਹੈ ਕਿਉਂਕਿ ਇੱਕ ਸਰੀਰ ਦੀ ਗੱਲ ਚੱਲ ਰਹੀ ਹੈ ਜਿਹੜੀ ਕਿਰਿਆ ਹੈ ਉਹ ਵੀ ਇੱਕ ਵਚਨੀ ਹੈ ਭਇਆ ਹੋ ਗਿਆ ਸਰੀਰ ਸ਼ੀਤਲ ਹੋ ਗਿਆ ਨਿਰਮਲ ਹੋ ਗਿਆ ਸਰੀਰ ਦਾ ਵਿਸ਼ੇਸ਼ਣ ਜਾਂ ਸਰੀਰ ਦਾ ਜਿਹੜਾ ਰੂਪ ਹੈ ਉਹ ਸ਼ੀਤਲ ਮੈਨੇ ਠੰਡਾ ਹੋ ਗਿਆ ਨਿਰਮਲ ਮੈਲ ਤੁਰਤ ਪਵਿੱਤਰ ਹੋ ਗਿਆ ਭਾਵ ਉਹਦੇ ਸਰੀਰ ਦੇ ਵਿੱਚ ਠੰਡ ਪੈ ਗਈ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾੜਦੀ ਨਹੀਂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇਂ ਦੱਜੇ ਨਾਨਕਾ ਤਰੀਆ ਕਰਮੀ ਲਗ ਆ ਜਿਹੜੇ ਵਿਕਾਰ ਨੇ ਸਾੜਦੇ ਸਨ ਉਹਨੋ ਵਿਕਾਰਾਂ ਦੀ ਅੱਗ ਪਾਉਂਦੀ ਨਹੀਂ ਸਰੀਰ ਨੂੰ ਸਰੀਰ ਵਿਕਾਰਾਂ ਦੀ ਅੱਗ ਵੱਲੋਂ ਸ਼ਾਂਤ ਹੋ ਗਿਆ ਵਿਕਾਰਾਂ ਦੀ ਗੰਦਗੀ ਅੰਦਰੋਂ ਨਿਕਲ ਗਈ ਬੁਰੇ ਵਿਚਾਰ ਅੰਦਰੋਂ ਨਿਕਲ ਗਏ ਉਹ ਸਰੀਰ ਨਿਰਮਲ ਹੋ ਗਿਆ ਮੈਲ ਤੁਰਹਿਤ ਹੁਣ ਅੱਖਾਂ ਦੇ ਚ ਪਰਤਨ ਪਰੂਪ ਦੀ ਗੰਦਗੀ ਨਹੀਂ ਜਾਂਦੀ ਅੱਖਾਂ ਪਵਿੱਤਰ ਹੋ ਗਈਆਂ ਕੰਨਾਂ ਵਿੱਚ ਨਿੰਦਿਆ ਚੁਕੀ ਚੋਲਿਕ ਦੀ ਗੰਦਗੀ ਨਹੀਂ ਜਾਂਦੀ ਕੰਨ ਸੱਚ ਨਾਲ ਜੁੜ ਕੇ ਪਵਿੱਤਰ ਹੋ ਗਏ ਜ਼ੁਬਾਨ ਦੇ ਅੰਦਰ ਝੂਠ ਦੀ ਗੰਦਗੀ ਨਹੀਂ ਜਾਂਦੀ ਜ਼ੁਬਾਨ ਸੱਚ ਬੋਲਦੀ ਹੈ ਪਵਿੱਤਰ ਹੋ ਗਈ ਉਦਾ ਸਰੀਰ ਹੱਥ ਕਿਸੇ ਦੀ ਜੇਬ ਨਹੀਂ ਕੱਢਦੇ ਪੈਰ ਗਲਤ ਪਾਸੇ ਨਹੀਂ ਜਾਂਦੇ ਉਹਦਾ ਸਰੀਰ ਪਵਿੱਤਰ ਹੋ ਗਿਆ ਹੁਣ ਭਾਵ ਉਹਦਾ ਸਰੀਰ ਚੰਗੇ ਕਰਮ ਕਰਨ ਲੱਗ ਪਿਆ ਵਿਕਾਰਾਂ ਦੀ ਮਲਿੰਤਾ ਮੈਲ ਉਹਦੀ ਜ਼ਿੰਦਗੀ ਚੋਂ ਚਲੀ ਗਈ ਨਿਰਮਲ ਸੀਤਲ ਪਿਆ ਸਰੀਰਾ ਉਹਦੇ ਗਿਆਨ ਇੰਦਰੀ ਠੰਡੇ ਠਾਰ ਹੋ ਗਏ ਉਹਦਾ ਸਰੀਰ ਪਵਿੱਤਰ ਹੋ ਗਿਆ ਪੂਜਣਯੋਗ ਹੋ ਗਿਆ ਸਤਕਾਰਯੋਗ ਹੋ ਗਿਆ ਦੂਰ ਬਤਾਵਤ ਪਾਇਆ ਨੀਰਾ ਜਿਹੜਾ ਰੱਬ ਦੂਰ ਦੱਸਿਆ ਜਾਂਦਾ ਸੀ ਉਹ ਤੇ ਕਿਤੇ ਜੰਗਲਾਂ ਪਹਾੜਾਂ ਦੇ ਵਿੱਚ ਐ ਅਸਮਾਨਾਂ ਗੁਫਾਵਾਂ ਕੰਦਰਾਂ ਦੇ ਵਿੱਚ ਐ ਜਿਹੜਾ ਦੂਰ ਦੱਸਿਆ ਜਾਂਦਾ ਸੀ ਪਾਇਆ ਨੀਰਾ ਨੀਰਾ ਮਨੇ ਨੇੜੇ ਉਹ ਨੇੜੇ ਹੀ ਪਾ ਲਿਆ ਜਿਹਨੂੰ ਦੂਰ ਦੱਸਿਆ ਜਾਂਦਾ ਸੀ ਨੇੜੇ ਪਾ ਲਿਆ ਕਿੰਨਾ ਕੁ ਨੇੜੇ ਇੰਨਾ ਕੁ ਨੇੜੇ ਕਿਸ ਸਰੀਰ ਨਾਲੋਂ ਵੀ ਨੇੜੇ ਸਰੀਰ ਦਾ ਸਭ ਤੋਂ ਨੇੜੇ ਦਾ ਅੰਗ ਮੰਨਿਆ ਜਾਂਦਾ ਹੈ ਹੱਥ ਅੱਖਰ ਤੇ ਸਾਤ ਲੱਗ ਜਾਈ ਅੱਖਾਂ ਦੇ ਬਾਅਦ ਦੇਖਦੀਆਂ ਨੇ ਹੱਥ ਪਹਿਲਾਂ ਪਹੁੰਚ ਜਾਂਦਾ ਹੈ ਹੱਥ ਸਭ ਤੋਂ ਨੇੜੇ ਹੈ ਪਰ ਉਹ ਇੰਨਾ ਨੇੜੇ ਉਹ ਹੱਥ ਨਾਲੋਂ ਵੀ ਨੇੜੇ ਹੈ ਸਰਬੇ ਇੱਕ ਅਨੇਕ ਕੈ ਸੁਮੀ ਸਭ ਘਟ ਪੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੀਰੇ ਸੱਚੇ ਹੋਈ ਸੋਈ ਉਹ ਹੱਥ ਨਾਲੋਂ ਵੀ ਨੇੜੇ ਹੈ ਜਿਹਨੂੰ ਦੂਰ ਦੱਸਿਆ ਜਾਂਦਾ ਸੀ ਉਹ ਨੇੜੇ ਪਾ ਲਿਆ ਆਪਣੇ ਅੰਦਰ ਹੀ ਪਾ ਲਿਆ ਇੰਨਾ ਅੰਦਰ ਪਾ ਲਿਆ ਕਿ ਉਹਦੇ ਵਿੱਚ ਹੁਣ ਨਿਰਚ ਫਰਕ ਨਹੀਂ ਹੈ ਸਰਬੇ ਇੱਕ ਅਨੇਕ ਹੈ ਸਵਾਮੀ ਸਭ ਘਟ ਭੁਗਵੇਂ ਸੋਈ ਹਰ ਹਿਰਦੇ ਚ ਬੈਠਾ ਉਹੀ ਤੇ ਭੋਗ ਰਿਹਾ ਸੰਸਾਰ ਨੂੰ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਉ ਪੁਕਾਰ ਇੰਨਾ ਨੇੜੇ ਹੈ ਉਸ ਨੇੜੇ ਨੂੰ ਪਾਣ ਦਾ ਇੱਕੋ ਤਰੀਕਾ ਹੈ ਦ્વੈਤ ਖਤਮ ਕਰ ਦਿਓ ਦ્વੈਤ ਮੈਨੇ ਇਹ ਆਪਣਾ ਇਹ ਬੇਗਾਨਾ ਇਹ ਦੁਸ਼ਮਣ ਇਹ ਮਿੱਤਰ ਜਦੋਂ ਦ્વੈਤ ਖਤਮ ਹੋ ਜਾਏਗੀ ਇੱਕ ਰਬ ਹੀ ਰਹਿ ਜਾਏਗਾ ਇੰਨਾ ਨੇੜੇ ਹੈ ਹੈ ਹਦੂਰ ਕਤ ਦੂਰ ਬਤਾਵੋ ਉਹ ਤੇ ਨੇੜੇ ਐ ਉਹਨੂੰ ਦੂਰ ਕਿਉਂ ਕਹਿ ਰਹੇ ਹੋ ਵੀ ਰੱਬ ਦੂਰ ਬੜਾ ਹੈ ਹਦੂਰ ਕਤ ਦੂਰ ਬਤਾਵੋ ਦੁੰਦਰ ਬੰਧੋ ਸੁੰਦਰ ਪਾਵੋ ਹਾੜੇ ਦੁੰਦ ਨਾ ਮੇਰ ਤੇਰ ਦੇ ਬਤਕਰੇ ਇਹਨਾਂ ਨੂੰ ਬੰਨ ਲਓ ਤੇ ਸੁੰਦਰ ਪ੍ਰਭੂ ਨੂੰ ਪ੍ਰਾਪਤ ਕਰ ਲਓ ਦੁੰਦਰ ਬੰਧੋ ਸੁੰਦਰ ਪਾਵੋ ਇਹਨਾਂ ਨੇੜੇ ਐ ਦੂਰ ਬਤਾਵਤ ਪਾਇਆ ਨੀਰਾ ਜਿਹਨੂੰ ਦੂਰ ਸਮਝਿਆ ਸੀ ਉਹ ਤੇ ਨੇੜੇ ਹੀ ਪ੍ਰਾਪਤ ਕਰ ਲਿਆ ਅੰਦਰੋਂ ਹੀ ਪ੍ਰਾਪਤ ਕਰ ਲਿਆ ਉਹ ਤੇ ਪਬ ਇਸ ਸਰੀਰ ਵਿੱਚੋਂ ਹੀ ਉਹ ਪ੍ਰਭੂ ਪ੍ਰਾਪਤ ਹੋ ਗਿਆ ਇਸ ਆਤਮਾ ਨੂੰ ਪਛਾਣ ਲਿਆ ਆਤਮ ਦੀ ਪਛਾਣ ਕੀਤੀ ਤੇ ਉਹ ਆਤਮ ਹੀ ਪਰਮਾਤਮ ਦਾ ਰੂਪ ਹੋ ਗਈ ਇਹੀ ਤੇ ਰੱਬ ਹੈ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਆਪਕ ਪੂਰੇ ਹਰ ਆਤਮ ਚ ਰਾਮ ਹੀ ਤੇ ਰਹਿਣਿਆ ਹੋਇਆ ਜੇ ਰਾਮ ਨਾ ਰਹੇ ਤੇ ਇਹ ਜੀਵਨ ਆਏ ਕਿਥੋਂ ਮਨੁੱਖ ਜੀ ਨਾ ਸਕੇ ਮਨੁੱਖ ਦੇ ਅੰਦਰ ਚੇਤਨਾ ਨਾ ਹੋਵੇ ਇਹ ਆਤਮ ਦੇ ਅੰਦਰ ਵਸਿਆ ਹੋਇਆ ਰਾਮ ਉਹ ਹੀ ਤੇ ਜੀਵਨ ਦੇਣ ਵਾਲਾ ਹੈ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਜਗਜੀਵਨ ਕੇਵਲ ਇੱਕ ਪ੍ਰਭੂ ਹੈ ਜਿਹੜਾ ਜਗਤ ਨੂੰ ਜੀਵਨ ਦਿੰਦਾ ਹੈ ਤੇ ਜੇ ਮੇਰੇ ਅੰਦਰ ਜੀਵਨ ਹੈ ਇਹ ਤਾਂ ਮਤਲਬ ਜਗਜੀਵਨ ਮੇਰੇ ਅੰਦਰ ਹੈ ਦੂਰ ਬਤਾਵਤ ਪਾਇਆ ਨੀਰਾ ਪਰ ਸੀ ਗੱਲ ਕਹਿੰਦੇ ਆ ਕਿ ਰੱਬ ਨੇੜੇ ਹੈ ਹਰ ਹਿਰਦੇ ਦੇ ਵਿੱਚ ਹੈ ਸਾਰਿਆਂ ਵਿੱਚ ਹੈ ਪਰ ਇਹਨੂੰ ਅਸੀਂ ਮੰਨਦੇ ਨਹੀਂ ਆ ਸਿਰਫ ਕਹਿੰਦੇ ਆ ਜਿੰਨੇ ਵੀ ਅੱਜ ਤੱਕ ਵਿਚਾਰ ਹੋਈ ਸੀ ਕਿ ਹਨਾ ਰੱਬ ਸਾਰਿਆਂ 'ਚ ਹੈ ਰੱਬ ਸਾਰਿਆਂ 'ਚ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਜਦੋਂ ਵਰਤੋਂ ਵਿਹਾਰ ਕਰਨਾ ਹੁੰਦਾ ਉਦੋਂ ਭੁੱਲ ਜਾਣਾ ਵੀ ਰੱਬ ਸਾਰਿਆਂ ਵਿੱਚ ਹੈ ਆ ਦੁੱਖ ਹੈ ਬੜਾ ਵੱਡਾ ਕਹਿੰਦੇ ਤੇहां ਤੁਹਾਡੇ ਚ ਰੱਬ ਹੈ ਜੀ ਕਹਿੰਦੇ ਤੇहां ਮੇਰੇ ਮਾਪਿਓ ਮੇਰੇ ਭੈਣਾਂ ਭਰਾਵਾਂ ਚ ਰੱਬ ਹੈ ਕਹਿੰਦੇ ਹਾਂ ਮੇਰੇ ਰਿਸ਼ਤੇਦਾਰਾਂ ਵਿੱਚ ਮੇਰੇ ਗਵਾਂਢੀ ਵਿੱਚ ਰੱਬ ਹੈ ਪਰ ਜਦੋਂ ਅਸੀਂ ਵਰਤੋਂ ਵਿਹਾਰ ਕਰਦੇ ਹਾਂ ਉਦੋਂ ਅਸੀਂ ਭੁੱਲ ਜਾਂਦੇ ਹਾਂ ਇਹਨਾਂ ਚ ਰੱਬ ਹੈ ਗਵਾਂਢੀ ਨਾਲ ਗੱਲ ਕਰਨ ਲੱਗੇ ਭੁੱਲ ਜਾਂਦੇ ਆ ਇਹ ਤੇ ਚਰਬ ਹੈ ਕਿਸੇ ਅਜਨਬੀ ਬੇगाने ਨਾਲ ਗੱਲ ਕਰਨ ਲੱਗੇ ਭੁੱਲ ਜਾਂਦੇ ਆ ਰੱਬ ਹੈ ਬੱਚੇ ਨਾਲ ਗੱਲ ਕਰਨੀ ਉਹ ਛਿੜਕਾ ਮਾਰ ਦਿੰਦੇ ਆ ਉਹਨੂੰ ਭੁੱਲ ਜਾਂਦੇ ਆ ਇਹਦੇ ਚਰਾਪੇ ਬਜ਼ੁਰਗਾਂ ਨੂੰ ਮਾਪਿਆਂ ਦੀ ਸੇਵਾ ਕਰਨ ਲੱਗਿਆ ਭੁੱਲ ਜਾਂਦੇ ਆ ਕਿ ਇਹਦੇ ਚ ਰੱਬ ਹੈ ਇਹ ਸਭ ਤੋਂ ਵੱਡਾ ਦੁੱਖ ਹੈ ਸਿਰਫ ਜ਼ੁਬਾਨੀ ਕਲਾਮੀ ਅਸੀਂ ਕਹਿੰਦੇ ਆ ਕਿ ਜਲ ਥਲ ਮਹਿਲ ਪੂਰਿਆ ਪ੍ਰਵਿਆ ਵਿੱਚ ਵਣਾ ਪਰ ਦੂ ਵਿਹਾਰ ਕਰਨਾ ਹੁੰਦਾ ਸਿਰਬ ਨਾਲ ਸੋ ਪ੍ਰਭ ਚਿੱਤ ਨਾ ਆ ਰਹੀ ਉਹ ਰੱਬ ਚੇਤੇ ਨਹੀਂ ਹੁੰਦਾ ਫਿਰ ਭੁੱਲ ਜਾਂਦਾ ਉਹਨੂੰ ਸੋ ਪ੍ਰਵਚਿਤ ਨ ਆਵਈ ਕਿਤੜਾ ਦੁੱਖ ਗਣਾ ਮੈਂ ਕਿੱਡੇ ਵੇਦੇ ਦੁੱਖ ਦੀ ਗਿਣਤੀ ਕਰਾਂ ਕਿ ਜਦੋਂ ਵਰਤੋਂ ਵਿਹਾਰ ਕਰਨਾ ਹੁੰਦਾ ਉਹਦੋਂ ਚੇਤੇ ਨਹੀਂ ਰਹਿੰਦਾ ਕਿ ਰੱਬ ਨੇੜੇ ਹੈ ਸਾਰਿਆਂ ਵਿੱਚ ਦੂਰ ਬਤਾਵਤ ਪਾਇਆ ਨੀਰਾ ਜਿਹਨੂੰ ਦੂਰ ਸਮਝਿਆ ਸੀ ਨੇੜੇ ਪ੍ਰਾਪਤ ਕਰ ਲਿਆ ਮੇਰੇ ਆਸ-ਪਾਸ ਮੇਰੇ ਅੰਦਰ ਹਰ ਥਾਂ ਤੇ ਉਹੀ ਹੈ ਬਾਰਸ ਬਾਰੇ ਉਗਵੇ ਸੂਰ ਬਾਰਸ ਬਾਰਸ ਦਾ ਮਤਲਬ ਹੈ ਮਸਿਆ ਤੋਂ ਅੱਗੇ 12ਵਾਂ ਦਿਨ ਜਿਹਨੂੰ ਅਸੀਂ ਦਵਾਦਸ਼ੀ ਵੀ ਕਹਿੰਦੇ ਆ 2+10 ਦਵਾਦਸ਼ੀ ਇਕਾਦਸ਼ੀ ਦਵਾਦਸ਼ੀ 24 ਨੱਤੇ ਪਗਤ ਜੀ ਬਾਰਸ ਕਹਰੇ ਨੇ ਬਾਰਸ ਵਿੱਚ ਦਵਾਦਸ਼ੀ ਤਿਥ ਦੇ ਵਿੱਚ 12 ਉਗਵੇਂ ਸੂਰ 12 ਸੂਰ ਮਨੇ 12 ਸੂਰ ਚ ਉਗ ਜਾਂਦੇ ਨੇ ਚੜ ਪੈਂਦੇ ਨੇ ਐਮਨੋ ਕਿੰਨਾ ਯਾਦ ਰੱਖੀਂ ਮਸੀਹ ਤੋਂਗੇ ਜ਼ਿੰਦਗੀ ਚ 12 ਦਿਨ ਤੇ ਆਏ ਪਰ ਸੂਰਜ ਜੇ ਇੱਕ ਨਹੀਂ ਚੜਿਆ ਤੇ ਐਸੀ ਦੁਆदशी ਦਾ ਫਾਇਦਾ ਕੀ ਹੈ ਹਰ ਰੋਜ਼ ਤੇਰੀ ਜ਼ਿੰਦਗੀ ਚ ਇੱਕ ਨਵਾਂ ਸੂਰਜ ਛੁੜਨਾ ਚਾਹੀਦਾ ਹੈ ਹਰ ਰੋਜ਼ ਤੇਰੀ ਜ਼ਿੰਦਗੀ ਵਿੱਚ ਇੱਕ ਸੂਰਜ ਜੁੜਨਾ ਚਾਹੀਦਾ ਹੈ ਕਿ ਅੱਜ ਇੱਕ ਸੂਰਜ ਕੱਲ 2 ਸੂਰਜ ਪਰਸੋ 3 ਦੁਆदशी ਤੱਕ ਆਂਦਿਆਂ ਆਂਦੇ ਕੱਟੂਕੱਟ ਤੇਰੀ ਜ਼ਿੰਦਗੀ ਚ 12 ਸੂਰਜ ਹੋ ਜਾਣ 12 ਗਿਆਨ ਦੇ ਪ੍ਰਕਾਸ਼ ਤੇਰੇ ਅੰਦਰ ਪੈਦਾ ਹੋ ਜਾ ਹਰ ਰੋਜ਼ ਇੱਕ ਨਵਾਂ ਗਿਆਨ ਸਿੱਖ ਹਰ ਰੋਜ਼ ਇੱਕ ਨਵੀਂ ਚੀਜ਼ ਸਿੱਖ ਐਸੇ ਕਰਕੇ ਸਿੱਖ ਦਾ ਨਾਮ ਸਿੱਖ ਉਦਾ ਕੰਮ ਸਿੱਖਣਾ ਰੋਜ਼ ਸਿੱਖੀ ਸਿੱਖਿਆ ਗੁਰ ਵਿਚਾਰ ਤੇ ਜੇ ਮਨੁੱਖ ਰੋਜ਼ ਇੱਕ ਸਿੱਖਿਆ ਲਵੇ ਰੋਜ਼ ਉਹਦੇ ਅੰਦਰ ਇੱਕ ਸੂਰਜ ਚੜ ਜਾਏ ਰੋਜ਼ ਇੱਕ ਹੋਰ ਨਵਾਂ ਸੂਰਜ ਚੜ ਜਾਏ ਰੋਜ਼ ਇੱਕ ਹੋਰ ਨਵਾਂ ਗਿਆਨ ਜੁੜ ਜਾਏ ਤੇ 12 ਦਿਨਾਂ ਤੱਕ ਤੇ 12 ਸੂਰਜ ਚੜ ਗਏ ਨਾ ਕਿੰਨਾ ਪ੍ਰਕਾਸ਼ ਹੋਏਗਾ ਜੇ ਇੱਕ ਸੂਰਜ ਇੰਨਾ ਪ੍ਰਕਾਸ਼ ਦਿੰਦਾ ਹੈ ਜਿੱਥੇ ਸੂਰਜ 12 ਹੋਣਗੇ ਉੱਥੇ ਕਿੰਨਾ ਪ੍ਰਕਾਸ਼ ਹੋਏਗਾ ਕਿੰਨੇ ਕੁ ਲੋਕ ਨੇ ਜਿਹੜੇ ਹਰ ਰੋਜ਼ ਇੱਕ ਨਵੀਂ ਚੀਜ਼ ਸਿੱਖਦੇ ਨੇ ਹਰ ਰੋਜ਼ ਇੱਕ ਨਮਾ ਗਿਆਨੰਦਨੀ ਕਿੰਨੇ ਕੁ ਲੋਕ ਐਸੇ ਹੋਣਗੇ ਜਿਹੜੇ ਇੰਨੀ ਤਰੱਕੀ ਕਰ ਰਹੇ ਨੇ ਕਿ ਹਰ ਰੋਜ਼ ਕੁਛ ਨਾ ਕੁਛ ਕਰ ਰਹੇ ਨੇ ਕਿ ਮੈਂ ਐਵੇਂ ਆਪਣਾ ਦਿਨ ਵਿਅਰਥ ਨਹੀਂ ਕਮਾਣਾ ਕੁਛ ਕਰਨਾ ਹੈ ਮੇਰੇ ਅੰਦਰ ਗਿਆਨ ਦਾ ਸੂਰ ਚੜ ਜਾਏ ਕਿ ਮੈਂ ਕੁਛ ਕਰਨਾ ਹੈ ਜਦੋਂ ਸਵੇਰੇ ਉઠੋ ਤੇ ਉਠਣ ਲੱਗਿਆਂ ਆਪਣੇ ਬੈੱਡ ਤੋਂ ਉਠਣ ਲੱਗਿਆਂ ਇੱਕ ਵਾਰੀ ਆਪਣੇ ਆਪੇ ਦੇ ਨਾਲ ਗੱਲ ਕਰੋ ਰਾਤ ਸੌ ਗਿਆ ਸਾਂ ਸੁੱਤਾ ਕੀ ਮਰੀ ਗਿਆ ਸਾਂ ਕਿਉਂਕਿ ਸੌ ਗਿਆ ਭੁੱਲ ਗਿਆ ਕਿ ਮੈਂ ਵੀ ਹਾਂ ਆਪਣੀ ਹੋਣ ਯਾਦ ਭੁੱਲ ਗਈ ਆਪਣੀ ਹੋਣ ਦਾ ਚੇਤਾ ਨਹੀਂ ਰਿਹਾ ਮੈਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਮੇਰੇ ਕੋਲ ਕਿੰਨੀ ਪ੍ਰਾਪਰਟੀ ਹੈ ਮੈਂ ਕਿੰਨੀ ਜ਼ਮੀਨ ਜਲਾਦ ਦਾ ਮਾਲਕ ਹਾਂ ਰਾਤ ਸੌ ਗਿਆ ਮੇਰੀ ਪ੍ਰਾਪਰਟੀ ਖੁੱਸ ਗਈ ਮੇਰੇ ਕੋਲ ਮੇਰਾ ਪੈਸਾ ਜੋੜਿਆ ਮੇਰੇ ਹੱਥੋਂ ਨਿਕਲ ਗਿਆ ਮੈਂ ਇੱਥੋਂ ਤੱਕ ਭੁੱਲ ਗਿਆ ਮੇਰਾ ਨਾਮ ਕੀ ਹੈ ਮੈਂ ਕੌਣ ਹਾਂ ਮੇਰੀ ਕੁਰਸੀ ਮੇਰੀ ਪਦਵੀ ਮੇਰਾ ਅਹੁਦਾ ਕੀ ਹੈ ਨੀਂਦ ਨੂੰ ਛੋਟੀ ਮੌਤ ਕਿਹਾ ਜਾਂਦਾ ਹੈ ਰਾਤ ਸੁੱਤਾ ਸਾਂ ਛੋਟੀ ਮੌਤ ਹੋ ਗਈ ਸਾਰਾ ਕੁਝ ਮੇਰੇ ਹੱਥੋਂ ਚਲਾ ਗਿਆ ਸਵੇਰ ਹੋਈ ਅੱਖ ਕੁੱਲੀ ਵਾਹ ਮਾਲਕਾ ਸਾਰਾ ਕੁਝ ਮੈਨੂੰ ਵਾਪਸ ਕਰ ਦਿੱਤਾ ਤੂੰ ਮੇਰਾ ਨਾਮ ਮੇਰਾ ਤਾਂ ਮੇਰੀ ਪ੍ਰਾਪਰਟੀ ਮੇਰੀ ਜ਼ਮੀਨ ਜਾਇਦਾਦ ਜੋ ਕੁਝ ਸੀ ਸਾਰਾ ਕੁਝ ਵਾਪਸ ਕਰ ਦਿੱਤਾ ਮੇਰੀ ਜ਼ਿੰਦਗੀ 'ਚ ਇੱਕ ਦਿਨ ਹੋਰ ਨਵਾਂ ਜੁੜ ਗਿਆ ਜੇ ਇੱਕ ਦਿਨ ਮੇਰੀ ਜ਼ਿੰਦਗੀ 'ਚ ਜੁੜਿਆ ਤੇ ਇੱਕ ਸੂਰਜ ਵੀ ਜੁੜ ਜਾਣਾ ਚਾਹੀਦਾ ਹੈ ਆਪਣੇ ਆਪ ਨੂੰ ਸਵਾਲ ਕਰੋ ਕਿ ਜੇ ਮੈਂ ਅੱਜ ਦੀ ਰਾਤ ਸੋਵਾਂ ਤੇ ਸੁੱਤਾ ਹੀ ਰਹਿ ਜਾਵਾਂ ਉੱਠਾ ਹੀ ਨਾ ਫਿਰ ਹਾਂ ਫਿਰ ਇਹ ਹੋ ਸਕਦਾ ਹੈ ਕਿ ਅੱਜ ਦਿਨੇ ਕੁਝ ਐਸਾ ਕੰਮ ਕਰ ਜਾਵਾਂ ਕਿ ਜੇ ਰਾਤ ਸੌਣ ਵਾਸਤੇ ਜਾਵਾਂ ਤੇ ਮੇਰੇ ਅੰਦਰ ਪਛਤਾਵਾ ਕੋਈ ਨਾ ਰਹੇ ਕਿ ਮੈਂ ਆਪਣੀ ਜ਼ਿੰਦਗੀ ਦਾ ਅੱਜ ਦਾ ਦਿਨ ਗਵਾ ਲਿਆ ਜਦੋਂ ਸ਼ਾਮ ਨੂੰ ਬੈਠ ਤੇ ਜਾਵਾਂ ਮੈਂ ਇੰਨਾ ਸੰਤੁਸ਼ਟ ਹੋਵਾਂ ਇੰਨਾ ਸੈਟੀਸਫਾਈਡ ਹੋਵਾਂ ਕਿ ਅੱਜ ਦਾ ਦਿਨ ਮੇਰਾ ਮਾੜਾ ਨਹੀਂ ਲੰਘਿਆ ਅੱਜ ਦਾ ਦਿਨ ਮੈਂ ਸਫਲ ਕੀਤਾ ਰਾਤ ਸੁੱਤਾ ਵੀ ਰਿਹਾ ਗਿਆ ਤੇ ਕੋਈ ਫਰਕ ਨਹੀਂ ਪਵੇਗਾ ਰਾਤ ਸੁੱਤਾ ਵੀ ਰਿਹਾ ਗਿਆ ਤੇ ਕੋਈ ਫਰਕ ਨਹੀਂ ਪੈਣਾ ਮੈਂ ਕੁਝ ਕਰ ਚੱਲਿਆ ਅੱਜ ਦਾ ਦਿਨ ਕੋਈ ਨਵੀਂ ਚੀਜ਼ ਸਿੱਖ ਚੱਲਿਆ ਸਮਾਜ ਦਾ ਭਲਾ ਕਰ ਚੱਲਿਆ ਜੇ ਅੱਜ ਰਾਤ ਸੁੱਤਾ ਵੀ ਰਹਿ ਜਾਵਾਂਗਾ ਤੇ ਕੋਈ ਚਿੰਤਾ ਨਹੀਂ ਰਹੇਗੀ ਸੰਤੁਸ਼ਟ ਸੋਵਾਂਗਾ ਸੰਤੁਸ਼ਟ ਬਰਾਂਗਾ ਕਿਉਂਕਿ ਆਖਰੀ ਦਿਨ ਮੇਰਾ ਜ਼ਿੰਦਗੀ ਦਾ ਸਫਲ ਰਿਹਾ ਔਰ ਜ਼ਿੰਦਗੀ ਦਾ ਕੋਈ ਵੀ ਦਿਨ ਆਖਰੀ ਦਿਨ ਹੋ ਸਕਦਾ ਹੈ ਔਰ ਯਾਦ ਰੱਖਿਓ ਲੋਕ ਆਖਰੀ ਦਿਨ ਨੂੰ ਯਾਦ ਕਰਦੇ ਨਹੀਂ ਕਿ ਸਾਡਾ ਬਾਬਾ ਉਹ ਆਖਰੀ ਦਿਨ ਉਹ ਮਤਲਬ ਉੱਠਿਆ ਉਹਨੇ ਇਸ਼ਨਾਨ ਕੀਤਾ ਉਹਨੇ ਤਿੰਨਸਰ ਦਾ ਪਾਠ ਕੀਤਾ ਤਾਂ ਪੂਰਾ ਹੋਇਆ ਸਾਡੀ ਜਿਹੜੀ ਬੇਬੇ ਐ ਉਹ ਗੁਰਦੁਆਰੇ ਸਹਿਬ ਗਈ ਮੱਥਾ ਟੇਕ ਕੇ ਆਈ ਉਹਨੇ ਕਥਾ ਕੀਰਤਨ ਸੁਣਿਆ ਵਾਪਸ ਆਈ ਪੂਰੀ ਹੋ ਗਈ ਫਲਾਣਾ ਆਦਮੀ ਜਿਹੜਾ ਉਹਨੇ ਫਲਾਣੀ ਦੀ ਮਦਦ ਕੀਤੀ ਸੀ ਜਿਹਦਾ ਭਲਾ ਕਰਕੇ ਆਇਆ ਕਰਿਆ ਆ ਪੂਰਾ ਹੋ ਗਿਆ ਆਖਰੀ ਦਿਨ ਯਾਦ ਰਹਿੰਦਾ ਹੈ ਤੇ ਪਤਾ ਨਹੀਂ ਜ਼ਿੰਦਗੀ ਦਾ ਕਿਹੜਾ ਦਿਨ ਆਖਰੀ ਹੋਵੇ ਤੇ ਕਿਉਂ ਨਾ ਹਰ ਦਿਨ ਨੂੰ ਮੈਂ ਆਖਰੀ ਦਿਨ ਸਮਝ ਕੇ ਸਫਲ ਕਰਦਾ ਜਾਵਾਂ ਹਰ ਰੋਜ਼ ਸਵਿਰੂਟ ਕੀ ਆਪਣੇ ਆਪ ਨਾਲ ਸਵਾਲ ਕਰੋ ਅੱਜ ਮੈਂ ਕੀ ਕਰਾਂ ਕਿ ਰਾਤ ਮੈਂ ਸੰਤੁਸ਼ਟ ਹੋ ਕੇ ਸੋਵਾਂ ਪਛਤਾਣਾ ਨਾ ਪਵੇ ਕਿ ਅੱਜ ਦਾ ਦਿਨ ਮੈਂ ਬਰਬਾਦ ਕਰ ਲਿਆ ਐਸਾ ਕੁਝ ਸਿੱਖ ਕੇ ਜਾਵਾਂ ਐਸਾ ਸਮਾਜ ਦੀ ਸੇਵਾ ਕਰ ਜਾਵਾਂ ਐਸਾ ਕਿਸ ਦਾ ਭਲਾ ਕਰ ਜਾਵਾਂ ਕਿ ਰਾਤ ਮੈਂ ਸੁੱਖ ਦੀ ਨੀਂਦ ਸੋਵਾਂ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਆਨੰਦ ਹੋਵੇ ਇਹ ਹੈ ਜ਼ਿੰਦਗੀ ਵਿੱਚ ਸੂਰਜ ਚੜਾਣਾ ਤੇ 12 ਰੋਜ਼ ਦਾ ਇੱਕ ਨਵਾਂ ਸੂਰਜ ਚੜੇਗਾ 12 ਦਿਨ ਚ ਤੇ 12 ਸੂਰਜ ਹੋ ਜਾਣਗੇ ਭਗਤ ਕਬੀਰ ਜੀ ਆਖਦੇ ਨੇ ਹਰ ਰੋਜ਼ ਤੇਰੇ ਅੰਦਰ ਗਿਆਨ ਦਾ ਇੱਕ ਨਵਾਂ ਸੂਰਜ ਜੁੜ ਜਾਣਾ ਚਾਹੀਦਾ ਹੈ ਹਰ ਰੋਜ਼ ਇੱਕ ਨਵਾਂ ਗਿਆਨ ਤੇਰੀ ਜ਼ਿੰਦਗੀ ਚ ਆ ਜਾਣਾ ਚਾਹੀਦਾ ਹੈ 12 ਬਾਹਰ ਉਗਵੇ ਸੂਰ ਅਜੋਕੇ ਜਿਹੜੇ ਵਿਦਵਾਨ ਨੇ ਇਹਨੂੰ 12 ਉਚਾਰਨ ਪਾਠ ਕਰਦੇ ਨੇ 12 13 ਅੱਗੇ ਆਏਗਾ 14 ਪਰ ਜਿਹੜਾ ਦੀਵੇਂ ਮੈਂ ਸੋਚਦਾ ਹਾਂ 11 12 13 14 ਮੈਂ ਨੂੰ ਇਸ ਤਰ੍ਹਾਂ ਉਚਾਰਨ ਕਰਦਾ ਹਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਉਹਨਾਂ ਦੇ ਪ੍ਰਚਲਨ ਨੇ ਬੋਲਣ ਦੇ ਹਰ ਇਲਾਕੇ ਦਾ ਆਪਣਾ ਉਚਾਰਨ ਦਾ ਤਰੀਕਾ ਹੈ ਔਰ ਵਿਦਵਾਨਾਂ ਵਿੱਚ ਅਜੇ ਵੀ ਇਹਦੇ ਬਾਰੇ ਕਾਫੀ ਵਿਚਾਰ ਚੱਲ ਰਹੀ ਹੈ ਹੁਣ ਜਿਹਦੀ ਜ਼ਿੰਦਗੀ ਦੇ ਵਿੱਚ ਸ਼ੁਭ ਗੁਣਾਂ ਦੇ ਸੂਰਜ ਪੈਦਾ ਹੋ ਜਾਣਾ ਐਨਸ ਵਜੈ ਅਨਹਦ ਤੂ ਅਹਮ ਨੇ ਦਿਨ ਨੇਸ ਮਨੇ ਰਾਤ ਦਿਨ ਰਾਤ ਵਾਜੇ ਦਿਨ ਰਾਤ ਵਜਦੇ ਨੇ 24 ਘੰਟੇ ਵਜੇ ਜਾਂਦੇ ਨੇ ਕੀ ਅਨਹਦ ਤੂਰ ਅਨਹਦ ਤੂਰ ਤੂਰ ਮੈਨੇ ਵਾਜੇ ਅਨਹਦ ਵਾਜੇ ਵਜਦੇ ਨੇ ਅਨਹਦ ਇੱਕ ਰਸ ਲਗਾਤਾਰ ਇਹ ਸ਼ਬਦ ਅਹਤੂ ਬਣੇ ਆਮ ਤੌਰ ਤੇ ਜਦੋਂ ਅਨਹਦ ਵਾਜਿਆਂ ਦੀ ਗੱਲ ਆਉਂਦੀ ਗੁਰਬਾਣੀ ਚ ਤੇ ਸਾਨੂੰ ਇਹ ਦੱਸਿਆ ਜਾਂਦਾ ਵੈ कि एक ਜਦੋਂ ਤੁਸੀਂ ਸਮਾਧੀ ਲਾਉਂਗੇ ਤੁਹਾਡੇ ਅੰਦਰੋਂ ਵਾਜਾ ਆਣੀਆਂ ਸ਼ੁਰੂ ਹੋ ਜਾਣਗੀਆਂ ਬਾਜੇ ਵੱਜਣ ਲੱਗ ਪੈਣਗੇ ਸਮਝ ਲਓ ਸਮਾਧੀ ਲੱਗ ਗਈ ਤੁਹਾਡੇ ਅੰਦਰ ਵਾਜੇ ਵੱਜਣ ਲੱਗ ਜਾਣਗੇ ਜੇ ਅੰਦਰ ਵਾਜੇ ਵੱਜਣ ਲੱਗ ਗਏ ਉਹ ਜ਼ਿੰਦਗੀ ਚ ਕੀ ਤਬਦੀਲੀ ਲੈ ਕੇ ਆਣਗੇ ਮੰਨੋ ਕਿਸੇ ਨੇ 12 ਸਾਲ ਸਮਾਧੀ ਲਈ ਭਗਤੀ ਕੀਤੀ 12 ਸਾਲ ਸਾਧਨਾ ਕੀਤੀ ਤੇ 12 ਸਾਲ ਬਾਅਦ ਉਹਦੇ ਅੰਦਰ ਟੂੰ ਟੂੰ ਦੀ ਬਾਤ ਚਲਣੀ ਸ਼ੁਰੂ ਹੋ ਗਈ ਬਾਜਾ ਵੱਜਣ ਲੱਗ ਗਿਆ ਕੋਈ ਫਿਰ ਤੇ ਬੜਾ ਘਾਟੇ ਦਾ ਸੋਦਾ ਆ 12 ਸਾਲ ਬਾਅਦ ਜਾ ਕੇ ਅਨੰਦ ਵਾਜਾਉਂਦੇ ਅੰਦਰ ਵੱਜਣਾ ਸ਼ੁਰੂ ਹੋਇਆ ਟੂ ਟੂ ਦੀ ਆਵਾਜ਼ ਆਉਣ ਲੱਗ ਪਈ ਇਹ ਤੇ ਫਿਰ ਘਾਟੇ ਦਾ ਸੋਦਾ ਹੈ ਨਾ ਇਹਦੇ ਨਾਲੋਂ ਚੰਗਾ ਸੀ ਕਿ ਉਹ 12 ਸਾਲ ਰੱਜ ਕੇ ਮਿਹਨਤ ਕਰਦਾ ਪੈਸਾ ਕਮਾਉਂਦਾ ਕਾਰ ਕੋਠੀ ਪੈਸਾ ਸਾਰਾ ਕੁਝ ਜੋੜ ਲੈਂਦਾ ਐਕਸਟਰਾ ਕੰਮ ਕਰਦਾ ਜਾਂ ਹੋਰ ਵੀ ਜੋਬ ਕਰਦਾ ਓਵਰਟਾਈਮ ਲਗਾਉਂਦਾ ਪੈਸੇ ਇਕੱਠੇ ਕਰ ਲੈਂਦਾ ਸਾਰੇ ਸੁੱਖ ਜ਼ਿੰਦਗੀ ਦੇ ਜ਼ਿੰਦਗੀ ਦੇ ਲੋੜਾਂ ਸਾਰੀਆਂ ਪੂਰੀਆਂ ਕਰ ਲੈਂਦਾ ਸੋ 200 ਰੁਪਏ ਦੀ ਜਾ ਕੇ ਬੰਸਰੀ ਖਰੀਦ ਲਿਆਂਦਾ ਬਚਾਈ ਜਾਂਦਾ ਟੂੰ 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 ਟੂ ਟੂਟਲੀ ਬਾਜੀ ਸੁਣਨੀ ਸੀ ਨਾ ਬਾਜੇ ਦੀ ਉਹ ਵੈਸੇ ਬਾਹਰੋਂ ਖਰੀਦ ਕੇ ਲੈ ਲੈਂਦਾ ਹੋਰ ਨਹੀਂ ਤੇ YouTube ਦੇ ਉੱਪਰ ਬੰਦਾ ਕੋਈ 뮤직 ਲਗਾ ਲਵੇ ਇੱਕ ਤੱਕ ਚੋਟੀ ਦੇ ਸੰਗੀਤਕਾਰ ਬੈਠੇ ਨੇ ਇੱਕ ਤੱਕ ਚੋਟੀ ਦੇ ਸਜਣਦੇ ਬੈਠੇ ਨੇ ਕੋਈ ਬੰਸਰੀ ਕੋਈ ਵਾਇਲਨ ਕੋਈ ਸਤਾਰ ਕੋਈ ਤਬਲਾ ਕੋਈ ਵਾਜਾ ਕਿੰਨੇ ਸੋਹਣੇ ਵਜਾ ਰਹੇ ਨੇ ਉਹ ਬੈਠਾ ਸੁਣੀ ਜਾ YouTube ਤੇ ਬਾਜੀ ਸੁਣਨੇ ਨੇ ਨਾ ਤੇ ਇਹੋ ਜੇ ਵਾਜੇ ਸੁਣਨ ਦੇ ਨਾਲ ਕੋ ਮੇਰੀ ਜ਼ਿੰਦਗੀ ਚੋਂ ਕਰੋਧ ਖਤਮ ਹੋ ਜਾਏ ਨਿੰਦਿਆ ਮੁੱਕ ਜਾਏ ਬੇਈਮਾਨੀ ਮੁੱਕ ਜਾਏ ਮੇਰੀ ਜ਼ਿੰਦਗੀ ਚ ਸੱਚ ਆ ਜਾਏ ਵਾਜਿਆਂ ਦੇ ਨਾਲ ਤੇ ਗੁਣ ਨਹੀਂ ਆਉਂਦੇ ਨਾ ਇਹਨਾਂ ਗੁਣਾ ਨੂੰ ਤੇ ਅਰੰਭ ਕਰਨਾ ਪੈਂਦਾ ਇਹਨਾਂ ਗੁਣਾ ਨੂੰ ਤੇ ਪ੍ਰਗਟ ਕਰਨਾ ਪੈਂਦਾ ਜੇ ਟੂੰ ਟੂੰ ਦੀ ਆਵਾਜ਼ ਹੀ 12 ਸਾਲ ਸੁਣਨੀ ਸੀ ਤੇ 12 ਸਾਲ ਤੇ ਵਿਅਰਥ ਗਏ ਨਾ ਫਿਰ ਇਹਹੀ ਟੂੰ ਟੂੰ ਦੀ ਆਵਾਜ਼ ਸੁਣਨ ਲਾਸਤੇ ਬਾਹਰੋਂ ਵਾਜਾ ਖਰੀਦ ਕੇ ਲਿਆ ਜਾਂਦਾ ਬੈਠਾ ਵਜਾਈ ਜਾਂਦਾ ਟੂੰ ਜੋਗੀਆਂ ਨੇ ਇਹ ਕਾੜ ਕਢੀ ਔਰ ਇਹ ਕਾੜ ਸਾਡੇ ਸਿੱਖ ਔਮ ਚ ਆ ਗਈ ਸਾਡੇ ਵੀ ਇਹੋ ਜਿਹੇ ਅਨੇਕਾਂ ਸਿੱਖ ਨੇ ਜਿਹੜੇ ਇਹੋ ਜਿਹੇ ਅਨਦਵਾਜੇ ਵਜਾਉਣ ਦੀ ਸੋਚਦੇ ਨੇ ਵੀ ਇਹੋ ਜਿਹੇ ਸਵਾਦੀਆਂ ਲਾਓ ਇੱਕ ਦਿਨ ਆਏਗਾ ਸਾਡੇ ਅੰਦਰ ਬਾਜੇ ਵੱਜਣ ਲੱਗ ਜਾਣਗੇ ਇਹ ਜੋਗੀਆਂ ਦੇ ਵਾਜੇ ਸੀ ਜੋਗੀਆਂ ਦੇ ਕਿਹੜੇ ਵਾਜੇ ਸੀ ਪੰਜ ਸ਼ਬਦ ਉਹ ਪੰਜ ਸ਼ਬਦ ਵਜਾਉਂਦੇ ਸੀ ਸਨ ਪੰਜ ਸ਼ਬਦ ਮੈਨੇ ਪੰਜ ਵਾਜੇ ਉਹਨਾਂ ਪੰਜ ਵਾਜਿਆਂ ਦੇ ਨਾਮ ਸਨ ਤਤ ਵਿਰਤ ਕੰਨਨਾਦ ਸੁਫਿਰ ਤਤ ਮੈਨੇ ਤੰਤੀ ਸਾਜ ਤਾਰਾਂ ਵਾਲੇ ਵਾਜੇ ਤੰਦਾਂ ਵਾਲੇ ਵਾਜੇ ਸਿਤਾਰ ਧਰਵਾ ਦਿਲਰੂਬਾ ਵਾਇਲਨ ਗਿਟਾਰ ਇਹ ਜਿਹੜੇ ਤਾਰਾਂ ਵਾਲੇ ਬਾਜੇ ਨੇ ਤਤ ਵ੍ਰਿਤ ਭਾਵਿਕ ਤਾਰਾਂ ਵਾਲਾ ਬਾਜਾ ਵੱਜਦਾ ਹੋਵੇ ਦੂਜਾ ਵ੍ਰਿਤ ਮਨੇ ਚੰਬੜੇ ਦਾ ਬਾਜਾ ਸਾਜ ਹੋਵੇ ਕੋਈ ਜਿਵੇਂ ਤਬਲਾ ਹੋ ਗਿਆ ਢੋਲ ਹੋ ਗਿਆ ਮਰਦੰਗ ਹੋ ਗਿਆ ਇਹੋ ਜੀਆਂ ਚੀਜ਼ਾਂ ਘਨ ਘਨ ਮਨੇ ਤਾਤ ਦੇ ਬਾਜੇ ਜਿਵੇਂ ਕੋਈ ਘੰਟਾ ਵਜਾਏ ਕੋਈ ਛਾਣੀ ਵਜਾਏ ਕੋਈ ਚਮਟਾ ਵਜਾਏ ਦੋ ਤਾਤਾ ਟਕਰਾਂਦੀਆਂ ਨੇ ਆਵਾਜ਼ ਨਿਕਲਦੀ ਹੈ ਇਸ ਤਰ੍ਹਾਂ ਨਾਦ ਨਾਦ ਮੈਨੇ ਜਿਹਦੀ ਪਲਾੜ ਵਿੱਚੋਂ ਆਵਾਜ਼ ਆਵੇ ਜਿਵੇਂ ਕੋਈ ਘੜਾ ਵਜਾਂਦਾ ਹੋਵੇ ਤੇ ਅੰਦਰੋਂ ਪਲਾੜ ਦੇ ਵਿੱਚੋਂ ਉਹਦੀ ਆਵਾਜ਼ ਆਂਦੀ ਹੈ ਸੁਖਿਰ ਸੁਖਿਰ ਮੈਨੇ ਫੂਕ ਵਾਲੇ ਵਾਜੇ ਜਿਵੇਂ ਕੋਈ ਬੰਸਰੀ ਵਜਾਏ ਨਫੀਰੀ ਵਜਾਏ ਜਾਂ ਜਿਵੇਂ ਕੋਈ ਹੋਰ ਮਾਉਥ ਆਰਗਨ ਵਜਾਏ ਜਾਂ ਜਿਵੇਂ ਸੈਕਸੋਫੋਨ ਵਜਾਏ ਇਸ ਤਰ੍ਹਾਂ ਦੇ ਵਾਜੇ ਹੁਣ ਜੋਗੀ ਕੀ ਕਰਦੇ ਸੀ ਇਹੋ ਜੇ ਪੰਜ ਵਾਜੇ ਇਕੱਠੇ ਕਰ ਲੈਂਦੇ ਸੀ ਇੱਕ ਫੂਕ ਵਾਲਾ ਵਜਾ ਲੈਂਦੇ ਸੀ ਸੰਖ ਇੱਕ ਚਮੜੇ ਵਾਲਾ ਮਰਦੰਗ ਵਜਾ ਲੈਂਦੇ ਸੀ ਤੰਤੀ ਸਾਜ਼ ਕੁੰਗਰੀ ਵਜਾ ਲੈਂਦੇ ਸੀ ਮੁਰਲੀ ਲੈ ਲੈਂਦੇ ਸੀ ਵੇਣਾ ਇਹੋ ਜਿਹੀ ਪੰਜ ਸਾਜ਼ ਇਕੱਠੇ ਕਰਕੇ ਵਜਾਉਂਦੇ ਸੀ ਉਹ ਪੰਜਾਂ ਸਾਜ਼ਾਂ ਦੀ ਜਿਹੜੀ ਮਿਲਣੀ ਆਵਾਜ਼ ਹੁੰਦੀ ਸੀ ਉਹਨੂੰ ਕਹਿੰਦੇ ਸੀ ਇਹ ਅਨੰਦ ਵਾਜੇ ਆਵਾਜ਼ ਹੈ ਅਨੰਦ ਵਾਜਿਆ ਦੀ ਵਾਜੇ ਇਹ ਅਨੰਦ ਧੁਨੀ ਹੈ ਉਹਨੂੰ ਅਨੰਦ ਧੁਨੀ ਕਹਿੰਦੇ ਸਨ ਜਿੱਥੇ ਪੰਜ ਵਾਜੇ ਇਕੱਠੇ ਵੱਜਣ ਲੱਗ ਜਾਂਦੇ ਸਨ ਉਹਨੂੰ ਕਹਿੰਦੇ ਸੀ ਅਨੰਦ ਧੁਨੀ ਵੱਜ ਰਹੀ ਹੈ ਤੇ ਇਹਹੀ ਧੁਨੀ ਅਨੰਦ ਦੀ ਸੁਣ ਲੋ ਧਿਆਨ ਨਾਲ ਤੁਹਾਡੇ ਅੰਦਰੋਂ ਵੀ ਵੱਜਣੀ ਸ਼ੁਰੂ ਹੋ ਜਾਏਗੀ ਸਵਾਦੀ ਲਾਉਂਗੇ ਆਵਾਜ਼ ਆਏਗੀ ਉਹ ਤੇ ਬਾਹਰੋਂ ਬਾਜੇ ਵਜਾ ਕੇ ਕਹਿੰਦੇ ਸੀ ਅਨੰਤ ਧੁੰਨੀ ਐ ਤੇ ਸਲਾਂ ਬੱਦੀ ਬੈਠੇ ਰਹਿੰਦੇ ਸਨ ਕਦੀ ਸਮਾਏਗਾ ਇਹ ਟੂੰ ਟੂੰ ਦੀ ਬਾਤ ਸਾਡੇ ਅੰਦਰੋਂ ਵੀ ਆਏਗੀ ਤੇ ਅਸੀਂ ਪੱਕੇ ਬ੍ਰह्मज्ञानी ਹੋ ਜਾਵਾਂਗੇ ਪੱਕੇ ਤਰ ਵੀ ਜੋਗੀ ਹੋ ਜਾਵਾਂਗੇ ਸਿੱਧ ਬਣ ਜਾਵਾਂਗੇ ਪਰ ਇਸ ਤਰ੍ਹਾਂ ਕਦੀ ਹੁੰਦਾ ਨਹੀਂ ਹੈ ਕਿ ਅੰਦਰੋਂ ਟੂੰ ਟੂੰ ਦੀ ਆਵਾਜ਼ ਆਦਾਂ ਆਉਣ ਲੱਗ ਜਾਣ ਜਿਹਦੇ ਅੰਦਰੋਂ ਆਂਦੀਆਂ ਨੇ ਉਹਨਾਂ ਨੂੰ ਡਾਕਟਰ ਨੂੰ ਆਪਣਾ ਚੈੱਕਅਪ ਕਰਾਉਣਾ ਚਾਹੀਦਾ ਹੈ ਕਈ ਸਾਧਾ ਸੰਤਾਂ ਨੇ ਕੰਮ ਕੀਤਾ ਹੋਇਆ ਅਸੀਂ ਅਨੰਤ ਦੀ ਧੁੰਨੀ ਸੁਣਾ ਦਿੰਦੇ ਆ ਕਿਵੇਂ ਉਹ ਕੀ ਕਰਦੇ ਨੇ ਸ਼ਰਧਾਲੂ ਦੇ ਕੰਨਾਂ 'ਚ ਉਂਗਲਾਂ ਪੂੰੰ ਦੇਣਗੇ ਫਿਰ ਉਹਨੂੰ ਕਹਣਗੇ ਕੋਈ ਸੁਣਾਈ ਦਿੰਦਾ ਹੈ ਤੇ ਸ਼ਰਧਾਲੂ ਕਹੇਗਾ ਹਾਂ ਬਾਬਾ ਜੀ ਸਾਹਾਂ ਸਾਹ ਦੀ ਆਵਾਜ਼ ਆ ਰਹੀ ਹੈ ਉਹ ਕਹਿੰਦਾ ਇਹੀ ਤੇ ਆ ਨਾ ਤੁਨੀ ਹੈ ਤੂੰ ਤੇ ਸੁਣ ਲਈ ਅਨ ਤੂੰ ਨਹੀਂ ਅਨ ਦਾ ਨਾਦ ਸੁਣਾਈ ਦੇ ਗਿਆ ਤੇ ਜੇ ਕੋਈ ਡਾਕਟਰ ਹੁੰਦਾ ਸੀ ਜਾਂ ਮੈਡੀਕਲ ਸਟੂਡੈਂਟ ਹੁੰਦਾ ਸੀ ਜੀ ਉਹਨੇ ਪੁੱਛ ਲੈਣਾ ਬਾਬਾ ਜੀ ਵੀ ਇਹ ਤੇ ਕੰਨ ਬਾਹਰੋਂ ਬੰਦ ਕਰ ਦਿੱਤੇ ਹੁਣ ਬਾਹਰ ਦੀਆਂ ਆਵਾਜ਼ਾਂ ਅੰਦਰ ਜਾ ਨਹੀਂ ਰਹੀਆਂ ਜਿਹੜੀਆਂ ਅੰਦਰ ਲੀਆਂ ਆਵਾਜ਼ਾਂ ਨੇ ਸਾਹ ਦੀ ਆਵਾਜ਼ ਹੈ ਫੇਫੜਿਆਂ ਦੇ ਵਿੱਚ ਹਵਾ ਚੱਲ ਰਹੀ ਹੈ ਦਿਲ ਟੜਕਦਾ ਹੈ ਬਲੱਡ ਸਰਕੂਲੇਸ਼ਨ ਹੋ ਰਿਹਾ ਵੈ ਇਹ ਸਾਰੀਆਂ ਆਵਾਜ਼ਾਂ ਤੇ ਦਿਲ ਦੀ ਧੜਕਣ ਦੀਆਂ ਨੇ ਫੇਫੜਿਆਂ ਦੀਆਂ ਨੇ ਹਵਾ ਦੀਆਂ ਨੇ ਆਕਸੀਜਨ ਦੀਆਂ ਨੇ ਤੇ ਅੰਦਰ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਤੇ ਉਹਨੂੰ ਫਿਰ ਕਹਿੰਦੇ ਨੇ ਦੇਖ ਲੈ ਜੇ ਬਾਹਰ ਜਾ ਕੇ ਤੂੰ ਕਿਆ ਨਾ ਮੈਨੂੰ ਅਨੰਦ ਨਾਮ ਨਹੀਂ ਸੁਣਾਈ ਦੁੱਤਾ ਫਿਰ ਅਸੀਂ ਕਹਿ ਜਾਾਂਗੇ ਇਹ ਘੋਰ ਪਾਪੀ ਐ ਜਨਮਾਂ ਜਨਮਾਂ ਤਰ੍ਹਾਂ ਦਾ ਪਾਪੀ ਇਹਨੂੰ ਅਨੰਦ ਧੁਨੀ ਨਹੀਂ ਸੁਣਾਈ ਦੇਗੀ ਤੇ ਲੋਕ ਬੜੀ ਤੇਰੀ ਬੇਇੱਜ਼ਤੀ ਕਰਨਗੇ ਹੁਣ ਤੇਰੀ ਇੱਜ਼ਤ ਤੇਰੇ ਹੱਥ 'ਚ ਇਹ ਬਾਹਰ ਜਾ ਕੇ ਕਹਿ ਦਿੰਦਾ ਨਾ ਮੈਂ ਅਨੰਦ ਨਾਦ ਸੁਣ ਕੇ ਆਇਆ ਤੇ ਤੇਰੀ ਬੜੀ ਪੂਜਾ ਮੰਨਤਾ ਹੋਏਗੀ ਲੋਕ ਤਰਸਤ ਕਾਲ ਕਰਮ ਨੇ ਬੰਦਾ ਸੋਚਦਾ ਕਿਤੇ ਫਸ ਗਿਆ ਇਹੋ ਜਿਹਾ ਪੜਿਆ ਲਿਖਿਆ ਫਿਰ ਬਾਹਰ ਆ ਕੇ ਕਹਿ ਦਿੰਦਾ ਬਾਬਾ ਜੀ ਨੇ ਮੈਨੂੰ ਅਨੰਦ ਨਾਦ ਅੰਦਰੋਂ ਸੁਣਾ ਦਿੱਤਾ ਤੇ ਭੋਲੇ ਭਾਲੇ ਅਨਪੜ ਲੋਕ ਆਖਦੇ ਨੇ ਵੀ ਅਸ ਪੜਿਆ ਲਿਖਿਆ ਸਿਆਣਿਆ ਬਣਾ ਝੂਠ ਥੋੜੇ ਬੋਲਦਾ ਏਡਾ ਪੜਿਆ ਲਿਖਿਆ ਜੀ ਇਹਨੂੰ ਤੂੰ ਨਹੀਂ ਸੁਣਾਈ ਦੇਗੀ ਦੇ ਗਈ ਹੈ ਤੇ ਸਾਨੂੰ ਵੀ ਸੁਣਾਈ ਦੇਗੀ ਇਦਾਂ ਹੀ ਜੋਤ ਅੰਦਰੋਂ ਜੋਤ ਦੇ ਦਰਸ਼ਨ ਹੋ ਜਾਣਗੇ ਉਹ ਕੀ ਕਰਦੇ ਨੇ ਅੱਖਾਂ ਨੂੰ ਚੰਗੀ ਤਰ੍ਹਾਂ ਕੁੱਟ ਦਿੰਦੇ ਨੇ ਜਦੋਂ ਅੱਖਾਂ ਨੂੰ ਕੁੱਟਦੇ ਨੇ ਪ੍ਰੋਪਰ ਆਕਸੀਜਨ ਬਲੱਡ ਵਗੈਰਾ ਨਹੀਂ ਪਹੁੰਚਦਾ ਅੱਖਾਂ ਤੱਕ ਤੇ ਅੱਖਾਂ ਖੋਲਦੇ ਨੇ ਫਿਰ ਕੁਝ ਦਿਖਾਈ ਦਿੰਦਾ ਤੈਨੂੰ ਉਹ ਕਹਿੰਦਾ ਜੀ ਪੰਭੂ ਤਾਰੇ ਨਜ਼ਰ ਆ ਰਹੇ ਨੇ ਹੁਣ ਬਲੱਡ ਸਰਕੂਲੇਸ਼ਨ ਜਾਂ ਆਕਸੀਜਨ ਉਹਨੂੰ ਮਿਲਲੀ ਬੰਦ ਹੋ ਗਈ ਬਲੱਡ ਬਿਲਕੁਲ ਬੰਦ ਹੋ ਗਿਆ ਅੱਖਾਂ ਨੂੰ ਹੁਣ ਪੰਭੂ ਤਾਰੇ ਦਿਸਨੇ ਨਹੀਂ ਅੱਖਾਂ ਨੇ ਚੰਗੀ ਤਰ੍ਹਾਂ ਦੇਖ ਨਹੀਂ ਸਕਣਾ ਸ਼੍ਰਧਾਲੂ ਨੇ ਕਹਿੰਦਾ ਜੀ ਪੰਭੂ ਤਾਰੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਹਿੰਦਾ ਇਹੀ ਤੇਜੋਤ ਹੈ ਜੋਤ ਦੇ ਦਰਸ਼ਨ ਹੋ ਗਏ ਤੇ ਜਿਉਂ ਪੜਿਆ ਨਹੀਂ ਖਿਆ ਕਿ ਇਹ ਜੋਤ ਇਹ ਨਹੀਂ ਹੈ ਉਹਨੂੰ ਕਹਿੰਦੇ ਨੇ ਤੂੰ ਘੋਰ ਪਾਪੀ ਇਸ ਤਰ੍ਹਾਂ ਠੱਗਿਆ ਜਾਂਦਾ ਹੈ ਲੋਕਾਂ ਨੂੰ ਅਨੰਦ ਨਾਦ ਦੇ ਨਾਮ ਤੇ ਤੇ ਜੋਤ ਦੇ ਨਾਮ ਤੇ ਕਿਹੜੀ ਜੋਤ ਲੱਭ ਰਿਆਂ ਸੀ ਅੰਦਰੋਂ ਇੱਕ ਤੇ ਸਰੀਰ ਅੰਦਰ ਜੋਤ ਹੈ ਇਹ ਸਰੀਰ ਮੇਰੇ ਆ ਹਰਤ ਮੈਂ ਜੋਤ ਤਰੀ ਇੱਕ ਤੇ ਇਹ ਜੋਤ ਹੋ ਗਈ ਫਿਰ ਇਹ ਨੇਤਰੋਂ ਮੇਰੇ ਹਰਤ ਮੈਂ ਜੋਤ ਤਰੀ ਦੋ ਜੋਤਾਂ ਇਹ ਹੋ ਗਈਆਂ ਤਿੰਨ ਤੇ ਇਹੀ ਹੋ ਗਈਆਂ ਜੋਤਾਂ ਫਿਰ ਰੋਮ ਰੋਮ ਸਾਰੇ ਜੋਤ ਹੀ ਨੇ ਇੱਕ ਕੇ ਕ੍ਰੋਮ ਜੋਤ ਹੈ ਲੱਖਾਂ ਕਰੋੜਾਂ ਜੋਤਾ ਨਹੀਂ ਕਿਹੜੀ ਜੋਤ ਦੀ ਸਿਖੋਜ ਕਰ ਰਹੇ ਆ ਕਿਹੜੀ ਅਨਧੁਨੀ ਦੀ ਖੋਜ ਕਰ ਰਹੇ ਆ ਅਨਧ ਸ਼ਬਦ ਬਣਿਆ ਹੈ ਇਹਦਾ ਮੂਲ ਸ਼ਬਦ ਹੈ ਆਹਤ ਆਹਤ ਮੈਨੇ ਚੋਟ ਮੇਰੀਆਂ ਭਾਵਨਾਵਾਂ ਆਹਤ ਹੋ ਗਈਆਂ ਸੱਟ ਲੱਗ ਗਈ ਮੇਰੀਆਂ ਭਾਵਨਾਵਾਂ ਨੂੰ ਉਹਨੇ ਫਰਾਨੇ ਨੂੰ ਆਹਤ ਕਰ ਦਿੱਤਾ ਮੈਨੇ ਸੱਟ ਸੱਟ ਪਹਚਾ ਦਿੱਤੀ ਚੋਟ ਪਹਚਾ ਦਿੱਤੀ ਉਹਨੂੰ ਆਹਤ ਕਹਿੰਦੇ ਨੇ ਸਟ ਨੂੰ ਜਿੱਥੇ ਦੋ ਚੀਜ਼ਾਂ ਟਕਰਾਂਦੀਆਂ ਨੇ ਉਹਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਨੂੰ ਕਹਿੰਦੇ ਨੇ ਆਹਤ ਜਿਹੜੇ ਜੋਗੀ ਕਹ ਰਹੇ ਨੇ ਚਿੰਟੇ ਸੀ ਬਿਜਾਨੇ ਆਹਤ ਦਾ ਉਹ ਦੋ ਤਾਤਾਂ ਆਪਸ ਵਿੱਚ ਟਕਰਾਂਦੀਆਂ ਨੇ ਤੇ ਆਵਾਜ਼ ਨਿਕਲਦੀ ਉਹ ਆਹਤ ਹੈ ਅਨ ਆਹਤ ਨਹੀਂ ਹੈ ਅਨ ਆਹਤ ਨੂੰ ਅਨਾਹਦ ਬਣਿਆ ਉੱਥੇ ਹੀ ਅਨਾਹਦ ਬਣਿਆ ਜਿੰਨੀਆਂ ਵੀ ਧਰਤੀ ਦੀਆਂ ਆਵਾਜ਼ਾਂ ਨੇ ਦੋ ਚੀਜ਼ਾਂ ਦੇ ਟਕਰਾਓ ਤੋਂ ਬਣਦੀਆਂ ਨੇ ਮੈਂ ਬੋਲ ਰਿਹਾ ਹਾਂ ਮੇਰੇ ਗਲੇ 'ਚ ਦੋ ਤੰਤੂ ਨੇ ਹਵਾਵਾਂ ਨਾਲ ਟਕਰਾਂਦੀ ਹੈ ਤੰਤੂਆਂ ਦੀ ਆਵਾਜ਼ ਬਣ ਜਾਂਦੀ ਹੈ ਆਵਾਜ਼ ਬਣ ਜਾਂਦੀ ਡੋਟ ਤੰਤੂਆਂ ਦੇ ਟਕਰਾਓ ਦੇ ਨਾਲ ਜਦੋਂ ਆਵਾਜ਼ ਬਣਦੀ ਹੈ ਮੇਰੀ ਜੀਭ ਮੇਰੇ ਦੰਦ ਮੇਰਾ ਮੂੰਹ ਉਹਨੂੰ ਆਵਾਜ਼ ਨੂੰ ਇੱਕ ਵੱਖਰੀ ਸ਼ੇਪ ਦੇ ਦਿੰਦਾ ਹੈ ਆਕਾਰ ਦੇ ਦਿੰਦਾ ਹੈ ਉਹਦੇ ਨਾਲ ਅੱਖਰ ਬਣ ਜਾਂਦੇ ਨੇ ਦੁਨੀਆ 'ਦੀ ਕੋਈ ਆਵਾਜ਼ ਅਨਾਹਦ ਨਹੀਂ ਹੈ ਸਾਰੀਆਂ ਟਕਰਾਓ ਤੋਂ ਪੈਦਾ ਹੋਈਆਂ ਆਵਾਜ਼ਾਂ ਨੇ ਇੱਕ ਉਹ ਆਵਾਜ਼ ਜਿਹੜੀ ਅਨਾਹਤ ਹੈ ਬਿਨਾ ਟਕਰਾਓ ਤੋਂ ਪੈਦਾ ਹੋਈ ਆਵਾਜ਼ ਅਨਾਹਦ ਉਹ ਹੈ ਰੱਬ ਦੀ ਯਾਦ ਮਿਰਿੰਦਰ ਮੈਨੂੰ ਰੱਬ ਦੀ ਯਾਦ ਆ ਗਈ ਹੁਣ ਕੋਈ ਚੀਜ਼ ਟਕਰਾਈ ਨਹੀਂ ਹੈ ਪਰ ਯਾਦ ਪੈਦਾ ਹੋ ਗਈ ਨਾ ਇਹ ਯਾਦ ਜਿਹੜੀ ਹੈ ਕਿ ਅਨਾਹਦ ਵਾਜਾ ਹੈ ਬਿਨਾ ਟਕਰਾਓ ਤੋਂ ਆਵਾਜ਼ ਹੈ ਮਿਰਿੰਦਰ ਪ੍ਰਭੂ ਦੀ ਆਵਾਜ਼ ਪੈਦਾ ਹੋ ਗਈ ਮੈਂ ਰੱਬ ਨੂੰ ਯਾਦ ਕੀਤਾ ਰੱਬ ਦੀ ਯਾਦ ਅਨਾਹਦ ਦੀ ਆਵਾਜ਼ ਹੈ ਬਿਨਾਂ ਟਕਰਾਉ ਤੋਂ ਪੈਦਾ ਕੀਤੀ ਹੋਈ ਇੱਕ ਵਿਚਾਰ ਪ੍ਰਭੂ ਦਾ ਸੋਚ ਵਿੱਚ ਰੱਬ ਯਾਦ ਆ ਜਾਣਾ ਉਹਦੀ ਜ਼ਿੰਦਗੀ ਵਿੱਚ ਦਿਨ ਰਾਤ ਰੱਬੀ ਯਾਦ ਬਣੀ ਰਹਿੰਦੀ ਹੈ ਰੱਬੀ ਯਾਦ ਦੇ ਬਾਜੇ ਵੱਜਦੇ ਰਹਿੰਦੇ ਨੇ ਉਹ ਬਾਜੇ ਵੱਜਦੇ ਨੇ ਜਿਹੜੇ ਬਿਨਾਂ ਟਕਰਾਉ ਤੇ ਨੇ ਇਹ ਨਹੀਂ ਵੀ ਆਵਾਜ਼ਾਂ ਆਉਂਦੀਆਂ ਨੇ ਕੰਨ ਸਿਰਫ ਬਾਹਰੀਆਂ ਟਕਰਾਉ ਦੀਆਂ ਆਵਾਜ਼ਾਂ ਸੁਣ ਸਕਦੇ ਨੇ ਹੋਰ ਕੁਝ ਨਹੀਂ ਸੁਣ ਸਕਦੇ ਤੇ ਜਿਹੜੀ ਯਾਦ ਟਕਰਾਉ ਹੀ ਨਹੀਂ ਹੈ ਉਹਦੀ ਆਵਾਜ਼ ਕੰਨ ਕਿੱਥੋਂ ਸੁਣਨਗੇ ਇਹ ਜੋਗੀ ਤੋਂ ਬਾਹਰੋਂ ਸਾਜ਼ ਵਜਾਨਾ ਤੇ ਕਹਿੰਦੇ ਅਨਾਹਦ ਅਨਾਹਦ ਤੇ ਸਾਡਾ ਹੈ ਤੇਰੇ ਸਾਜ਼ਾਂ ਦੀ ਆਵਾਜ਼ਾਂ ਟਕਰਾ ਕੇ ਆਵਾਜ਼ ਪੈਦਾ ਕਰਦੀਆਂ ਨੇ ਸਾਡੇ ਤੇ ਬਿਨਾਂ ਟਕਰਾਓ ਤੋਂ ਰੱਬ ਦੀ ਯਾਦ ਚੱਲੀ ਜਾਂਦੀ ਹੈ ਸਾਡਾ ਹੈ ਅਨਹਦ ਵਾਜਾ ਜਿਦੀ ਜ਼ਿੰਦਗੀ ਚ ਗੁਰੂ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ ਦਿਨ ਰਾਤ ਰੱਬ ਦੀ ਯਾਦ ਦੇ ਵਾਜੇ ਵਜੇ ਜਾਂਦੇ ਨੇ ਐਨਸ ਬਾਜੇ ਅਨਹਦ ਤੂਰ ਦਿਨ ਰਾਤ ਰੱਬ ਦੀ ਯਾਦ ਉਹਨਾਂ ਦੇ ਅੰਦਰ ਬਣੀ ਰਹਦੀ ਹੈ ਕਿਉਂਕਿ ਉਹਨਾਂ ਨੇ ਆਪਣੇ ਅੰਦਰ ਰੱਬ ਦੇਖ ਲਿਆ ਦੇਖਿਆ ਕਿ ਹੂੰ ਲੋਕ ਕਾ ਪਿਓ ਜਿਹੜਾ ਤਿੰਨਾਂ ਲੋਕਾਂ ਚ ਵਸਦਾ ਪ੍ਰਭੂ ਉਹਨਾਂ ਨੇ ਆਪਣੇ ਅੰਦਰ ਦੇਖ ਲਿਆ ਕਿ ਮੇਰੇ ਅੰਦਰ ਰੱਬ ਹੀ ਤੇ ਵਸਦਾ ਹੈ ਉਹ ਤੇ ਬਿਨਾ ਕੌਣ ਹੈ ਪ੍ਰਭੂ ਹੀ ਹੈ ਅਚਰਜ ਭਇਆ ਜੀਵ ਤੇ ਸੀਓ ਅਚਰਜ ਭਇਆ ਅਚਰਜ ਮੈਨੇ ਇਹਦਾ ਪਾਠ ਦਾ ਉਚਾਰਨ ਅਚਰਜ ਨਹੀਂ ਹੈ आच अलग हो जाएगा प्रीफिक्स अगेत्र रज अलग हो जाएगा रज कोई शब्द नहीं जिसे अगे अगेत्र लग सके चर्ज शब्द है चर्ज मैंने होनी होने वाली भी जी होनी होना ही होना है चर्ज है अगे लग गया प्रिफिक्स अगेत्र एड़ा अ अचर्ज जी अनहोनी हो जी कभी हो ही ना हो अद्भुत कहें अचर्ज यह उच्चारण अचर्ज होगा ਸੁਖਮਨੀ ਸਾਹਿਬ ਦੇ ਵਿੱਚ ਵੀ ਇਹ ਸ਼ਬਦ ਆਉਂਦਾ ਹੈ ਅਚਰਜ ਸਾਧ ਜਨਾਕੀ ਅਚਰਜ ਕਥਾ ਉਥੇ ਅਚਰਜ ਪਾਠ ਕਰਤ ਹੈ ਅਚਰਜ ਮਨੇ ਅਦਭੂਤ ਅਚਰਜ ਪਿਆ ਜੀਵ ਤੇ ਸੀ ਉਹ ਜੀਵ ਤੇ ਸੀ ਉਹ ਹੁਣ ਅਦਭੁਤ ਹੋ ਗਿਆ ਜੀਵ ਤੋਂ ਉਹ ਪ੍ਰਭੂ ਹੋ ਗਿਆ ਸੀ ਜੀਵ ਸੀ ਉਹ ਮਨੇ ਸ਼ਿਵ ਪ੍ਰਭੂ ਰੂਪ ਬਣ ਗਿਆ ਅਦਭੁਤ ਹੋ ਗਿਆ ਉਹ ਜੀਵ ਜਿਹੜਾ ਰੱਬ ਨੂੰ ਸਾਰੀਆਂ ਦਿਸ਼ਾਵਾਂ ਤੋਂ ਖੋਜਦਾ ਫਿਰਦਾ ਸੀ ਜਦੋਂ ਉਹਨੇ ਆਪਣੇ ਅੰਦਰ ਚਾਤੀ ਮਾਰ ਕੇ ਦੇਖਿਆ ਤੇ ਖੁਦ ਹੀ ਰੱਬ ਦਾ ਰੂਪ ਹੋ ਗਿਆ। ਉਹਨੂੰ ਪਤਾ ਲੱਗ ਗਿਆ ਕਿ ਮੂਲ ਤੇ ਮੇਰਾ ਪ੍ਰਭੂ ਹੀ ਹੈ। ਮੈਂ ਪ੍ਰਭੂ ਦੇ ਹੀ ਅੰਸ਼ ਹਾ ਕੋ ਕਬੀਰ ਇਹ ਰਾਮ ਕੀ ਅੰਸ਼। ਹੁਣ ਉਹ ਪਾਣੀ 'ਚ ਆਪਣਾ ਮੂੰਹ ਦੇਖੇਗਾ ਰੱਬ ਹੀ ਤੇ ਦਿਸੇਗਾ ਉਹਨੂੰ। ਪਾਣੀ ਮਹਿ ਦੇਖ ਮੁਖ ਜਿਹਾ ਨਾਮੇ ਕੋ ਸੁਆਮੀ ਮੀਠੂਲਾ ਐਸਾ ਰੱਬ ਹੀ ਤੇ ਹੈ। ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੋਰ। ਜਿਹਨੂੰ ਖੋਜਦੇ ਫਿਰਦੇ ਸੀ ਜਿੱਥੇ ਖੜਾ ਸੀ ਉੱਥੇ ਹੀ ਉੱਥੇ ਹੀ ਮਿਲ ਗਿਆ ਕਿਤੇ ਜਾਣ ਦੀ ਲੋੜ ਹੀ ਨਹੀਂ ਪਈ ਸੋਈ ਫਿਰਕੈ ਤੂੰ ਭਇਆ ਜਾਂ ਕੋ ਕਹਤਾ ਔਰ ਜਿਹਨੂੰ ਹੋਰ ਕਹਿੰਦਾ ਸੀ ਉਹ ਤੂੰ ਹੀ ਬਣ ਗਿਆ ਤੂੰ ਰੱਬ ਹੀ ਹੋ ਗਿਆ ਸੋਈ ਫਿਰਕੈ ਤੂੰ ਭਇਆ ਮੁਰਕੇ ਤੂੰ ਉਹੀ ਰੱਬ ਹੋ ਗਿਆ ਜਿਵੇਂ ਮਾਰਨ ਸੋਨੇ ਦਾ ਕੜਾ ਰਿੜਿਆ ਜਾਏ ਕੋਈ ਪੁੱਛੇ ਇਹ ਕੜਿਆ ਕਿੱਥੇ ਜਾ ਰਿਹਾ ਹੈ ਉਹ ਕਹੇਗਾ ਮੈਂ ਸੋਨੇ ਨੂੰ ਲੱਭਣ ਜਾ ਰਿਹਾ ਹਾਂ ਕਿ ਸਿਆਣਾ ਬੰਦਾ ਹੱਸ ਕੇ ਕਹੇਗਾ ਕੜਿਆ ਤੂੰ ਹੀ ਤੇ ਸੋਨਾ ਕਿਨੂੰ ਲੱਭ ਰਿਹਾ ਤੂੰ ਕਿੱਧਰ ਲੱਭਣ ਜਾ ਰਿਹਾ ਤੂੰ ਹੀ ਤੇ ਸੋਨਾ ਹੈ ਜੀ ਵੀ ਰੱਬ ਨੂੰ ਲੱਭਣ ਜਾ ਰਿਹਾ ਹੈ ਤੇ ਜੀਵ ਦੇ ਅੰਦਰ ਹੀ ਤੇ ਰੱਬ ਹੈ ਰੱਬ ਦਾ ਹੀ ਤੇ ਰੂਪ ਹੈ ਜੀਵ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭੰਦੇ ਉਸੇ ਦਾ ਤੇ ਨੂਰ ਨੇ ਸਾਰੇ ਖੁਦ ਤੋਂ ਬਿਨਾ ਕੌਣ ਹੈ ਪ੍ਰਭੂ ਹੀ ਫੈਲਿਆ ਹੋਇਆ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜਿਸ ਰੱਬ ਨੂੰ ਬਾਹਰੋਂ ਦਸਾਂ ਦਿਸ਼ਾਵਾਂ ਚੋਂ ਖੋਜਦੇ ਫਿਰਦੇ ਸੀ ਉਹ ਜਿਹੜਾ ਜੀਵ ਖੋਜ ਰਿਹਾ ਸੀ ਉਹ ਨੂੰ ਆਪ ਹੀ ਰੱਬ ਦਾ ਰੂਪ ਹੋ ਗਿਆ ਅਬ ਤੂੰ ਜਾਇ ਜਿਹੜਾ ਸਿੰਘਾਸਨ ਮਿਲੇ ਹੈ ਸਰੰਗਪਾਨੀ ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕੇ ਪਛਾਨੀ ਇੱਕ ਹੋ ਗਈ ਅਚਰਜ ਭਇਆ ਜੀਵ ਤੇ ਸਿਓ ਅਦਭੁਤ ਹੋ ਗਿਆ ਉਹ ਜੀਵ ਰਬ ਹੋ ਗਿਆ ਪ੍ਰਭੂ ਦਾ ਰੂਪ ਹੋ ਗਿਆ ਤੇਰਸ ਤੇਰੇ ਅਗੰਬਖਾਨ ਤੇਰਸ ਮਸੀਆ ਤੋਂ ਅੱਗੇ ਤੇਰਵਾਂ ਦਿਨ ਜਿਹਨੂੰ ਤਰੋਦਸ਼ੀ ਵੀ ਕਹ ਦਿੰਦੇ ਆ ਤੇਰੇ ਅਗੰਬਖਾਨ ਤੇਰੇ ਅਗਮ ਵੈਸੇ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਅਰਥ ਕੀਤਾ ਹੈ ਤੇਰੇ ਮੈਨੇ ਮਸੀਹ ਤੋ ਅਗਲਾ 13ਵਾਂ ਦਿਨ ਉਹਦੇ ਲਈ ਤੇਰਸ ਸ਼ਬਦ ਆ ਚੁੱਕਿਆ ਹੈਗਾ ਦੁਆਰਾ ਤੇਰੇ ਕਹਿਣ ਦੀ ਲੋੜ ਨਹੀਂ ਹੈ ਪਰ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਤੇਰੇ ਦਾ ਅਰਥ ਕਰ ਰਹੇ ਨੇ 13ਵਾਂ ਦਿਨ ਅਗਮ ਦਾ ਮਤਲਬ ਜਿੱਦ ਤੱਕ ਪਹੁੰਚ ਨਹੀਂ ਹੋ ਸਕਦੀ ਅਪਹੁੰਚ ਪ੍ਰਭੂ ਬਖਾਣ ਮਨੇ ਬਖਾਣੇ ਉਚਾਰਦਾ ਹੈ ਪਰ ਅਗਮ ਜਿਹੜਾ ਸ਼ਬਦ ਹੈ ਉਹ ਹਿੰਦੂ ਮਤ ਦੇ ਗ੍ਰੰਥਾਂ ਵਾਸਤੇ ਵੀ ਆਇਆ ਹੈ ਭਾਈ ਕਾਂਸਿੰਗ ਦੀ ਨਾਬਾ ਹੋਰਾਂ ਨੇ ਇੱਥੇ ਇਹਨਾਂ ਨੂੰ ਗ੍ਰੰਥਾਂ ਦੇ ਨਾਲ ਜੋੜਿਆ ਹੈ 13 ਗ੍ਰੰਥ ਉਹ 13 ਗ੍ਰੰਥ ਜਿਹੜੇ ਉਹ ਕਿਹੜੇ ਨੇ ਉਹ 13 ਗ੍ਰੰਥ ਨੇ ਚਾਰ ਵੇਦ ਨੇ 6 ਸ਼ਾਸਤਰ ਨੇ ਇਹ ਹੋਗੇ 10 ਫਿਰ ਸਿਮਰਤियां ਪੁਰਾਣ ਤੇ ਤੰਤਰ ਸ਼ਾਸਤਰ ਤਿੰਨ ਇਹ ਹੋ ਗਏ 13 ਭਾਵ 13 ਤਰ੍ਹਾਂ ਦੇ ਗ੍ਰੰਥ ਚਾਰ ਜਿਹੜੇ ਵੇਦ ਨੇ ਉਹਨਾਂ ਚਾਰਾਂ ਦੀ ਵਿਚਾਰਧਾਰਾ ਵੱਖੋ ਵੱਖਰੀ ਹੈ ਛੇ ਸ਼ਾਸਤਰ ਨੇ ਉਹਨਾਂ ਦੀ ਵਿਚਾਰਧਾਰਾ ਵੱਖੋ ਵੱਖਰੀ ਹੈ ਛੇ ਸ਼ਾਸਤਰ ਚਾਰ ਵੇਦ 10 ਇਹ ਹੋ ਗਏ ਸਿਮਰਤियां ਸਿਮਰਤियां ਵੀ ਉਹਨਾਂ ਦੇ ਗ੍ਰੰਥ ਨੇ ਜਿਹੜੀਆਂ ਯਾਦ ਵਿੱਚ ਸਨ ਯਾਦ ਕੀਤੀਆਂ ਹੋਈਆਂ ਗੱਲਾਂ ਨੂੰ ਲਿਖਿਆ ਜਿਨ੍ਹਾਂ ਨੇ ਉਹ ਸਿਮਰਤियां ਖਵਾਈਆਂ 11 ਹੋ ਗਏ ਪੁਰਾਨ ਜਿਹੜੇ ਨੇ 27 108 ਪੁਰਾਨ ਜਿਹੜੇ ਨੇ 27 ਸਿਮਰਤियां 108 ਪੁਰਾਨ ਪੁਰਾਨ ਗ੍ਰੰਥ ਹੋ ਗਏ ਉਹ ਵੀ ਉਹਨਾਂ ਦੇ ਅਗਮ ਨੇ ਤੇ ਅੱਗੇ ਹੈ ਤੰਤਰ ਸ਼ਾਸਤਰ ਜਿਹੜੇ ਨੇ ਇਸ ਤਰ੍ਹਾਂ 13 ਅਗਮ ਬਖਾਣ ਭਾਵ 13 ਗ੍ਰੰਥਾਂ ਨੂੰ 13 ਤਰ੍ਹਾਂ ਦੇ ਗ੍ਰੰਥਾਂ ਨੂੰ ਬਖਾਣਨ ਵਾਲਾ ਜਿਹੜਾ ਹੈ ਮਨੁੱਖ ਭਾਈ ਕਾਨ ਸਿੰਘ ਜੀ ਨੇ ਇਸ ਤਰ੍ਹਾਂ ਅਰਥ ਦੇ ਕੀਤੇ ਨੇ 13 ਸ 13 ਅਗਮ ਬਖਾਣ ਅਰਥ ਕੋਈ ਵੀ ਲੈ ਲਓ ਗੁਰਮਤਿ ਸਿਧਾਂਤ ਨਹੀਂ ਜਾਣਾ ਚਾਹੀਦਾ ਜਿਵੇਂ ਸ ਸੇਵ ਸਿੰਘਾ ਵੀ ਅਰਥ ਲੈ ਲਈਏ ਅਗਮ ਜਿਹੜਾ ਅਪਹੁੰਚ ਪ੍ਰਮਾਤਮਾ ਹੈ ਬਖਾਣ ਜਿਹੜਾ ਉਹਨੂੰ ਉਚਾਰਦਾ ਹੈ ਉਹਦਾ ਵਿਖਿਆਣ ਕਰਦਾ ਹੈ ਅਰਧ ਉਰਧ ਵਿੱਚ ਸਮ ਪਹਚਾਂ ਅਰਧ ਮੈਨੇ ਥੱਲੇ ਉਰਧ ਮੈਨੇ ਉੱਪਰ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਦੇ ਵਿਚਕਾਰ ਉਹ ਇੱਕ ਪ੍ਰਭੂ ਨੂੰ ਪਛਾਣ ਲੈਂਦਾ ਹੈ ਨੀਚ ਉੱਚ ਨਹੀਂ ਮਾਨ ਅਮਾਨ ਫਿਰ ਉਹਦੀ ਨਜ਼ਰਾਂ ਦੇ ਵਿੱਚ ਕੋਈ ਨੀਚ ਨਹੀਂ ਰਹਿ ਜਾਂਦਾ ਕੋਈ ਉੱਚ ਨਹੀਂ ਰਹਿ ਜਾਂਦਾ ਉਹਨੂੰ ਕੋਈ ਨੀਵਾਂ ਤੇ ਉੱਚਾ ਨਹੀਂ ਦਿਸਦਾ ਕਿਸੇ ਵੱਲੋਂ ਮਾਨ ਮਿਲ ਜਾਏ ਤਾਂ ਵੀ ਉਹ ਸਮ ਹੈ ਕਿਸੇ ਵੱਲੋਂ અપਮਾਨ ਮਿਲ ਜਾਏ ਤਾਂ ਵੀ ਸਮ ਹੈ ਉਹਦੀ ਜ਼ਿੰਦਗੀ ਦੋਨੋਂ ਤਰ੍ਹਾਂ ਬਰਾਬਰ ਹੈ ਇਹ ਜਿਹੜਾ ਸ਼ਬਦ ਹੈ ਮਾਨ ਅਮਾਨ ਹਾਥਲਿਖਤ ਪ੍ਰਾਤਨ ਜਿਹੜੀਆਂ ਬੀੜਾਂ ਨੇ ਉਹਨਾਂ ਵਿੱਚ ਪੱਪਾ ਵਿੱਚ ਕਾਰ ਹੈਗਾ ਮਾਨ ਅਮਾਨ ਦੀ ਥਾਂ ਤੇ અપਮਾਨ ਸ਼ਬਦ ਉਹਦੇ ਵਿੱਚ ਦਰਜ ਹੈਗਾ ਪ੍ਰਿੰਟਡ ਬੀੜਾਂ ਦੇ ਵਿੱਚ ਅਮਾਨ ਸ਼ਬਦ ਮਿਲਦਾ ਹੈ ਹਾਥਲਿਖਤ ਬੀੜਾਂ ਵਿੱਚ અપਮਾਨ ਊਚ ਨੀਚ ਨਹੀਂ ਮਾਨ અપਮਾਨ ਇਸ ਤਰ੍ਹਾਂ ਜ਼ਿਕਰ ਮਿਲਦਾ ਹੈ ਪਰ ਇੱਥੇ ਹੈ ਅਮਾਨ ਭਾਵ ਊਚ ਨੀਚ ਦੇ ਵਿੱਚ ਮਾਨ ਮੈਨੇ ਮਾਨ ਅਮਾਨ ਮੈਨੇ ਜਿੱਥੇ ਮਾਨ ਨਹੀਂ ਨਿਰਾਦਰੀ ਦੇਸਤੀ ਭਾਵ ਉਸ ਮਨੁੱਖ ਦੀਆਂ ਨਜ਼ਰਾਂ 'ਚ ਕੋਈ ਨੀਵਾ ਨਹੀਂ ਕੋਈ ਉੱਚਾ ਨਹੀਂ ਕਿਸੇ ਦਾ ਮਾਣ ਉਹਨੂੰ ਪਹੁੰਚ ਨਹੀਂ ਸਕਦਾ ਕੋਈ ਮਾਣ ਨਾ ਕਰੇ ਅਮਾਨ ਨਿਰਾਦਰੀ ਦੇ ਦੇਵੇ ਤੇ ਤਾਂ ਵੀ ਉਹਦੀ ਜ਼ਿੰਦਗੀ ਇੱਕ ਸਾਰ ਰਹਿੰਦੀ ਹੈ ਅਮਾਨ ਸ਼ਬਦ ਮਾਣ ਤੋਂ ਬਿਨਾ ਇਹ ਪਹਿਲੀ ਵਾਰ ਗੁਰਗੰਗ ਸਾਹਿਬ 'ਚ ਇਸ ਤਰ੍ਹਾਂ ਆਇਆ ਕਿ ਜਿੱਥੇ ਮਾਣ ਨਹੀਂ ਹੈ ਅਮਾਨ ਮੈਨੇ ਨਿਰਾਦਰੀ ਆਮ ਤੌਰ ਤੇ ਅਮਾਨ ਜਿਹੜਾ ਗੁਰਬਾਣੀ 'ਚ ਅਮਾਨਤ ਵਾਸਤੇ ਆਇਆ ਹੈ ਪ੍ਰਾਈ ਅਮਾਨ ਕਿਉਂ ਰੱਖੀ ਹੈ ਦਿੱਤੀ ਸੁਖ ਹੋਏ ਅਮਾਨ ਮੈਨੇ ਅਮਾਨਤ ਪਰ ਇੱਥੇ ਅਮਾਨ ਪਹਿਲੀ ਵਾਰ ਜਿਹੜਾ ਹੈ ਉਹ ਮਾਨ ਤੋਂ ਰਹਿਤ ਵਾਸਤੇ ਸ਼ਬਦ ਆਇਆ ਇੱਥੇ ਪਰ ਹਾਥ ਲਿਖਤ ਪੀੜਾ ਵਿੱਚ ਉੱਥੇ ਅਮਾਨ ਸ਼ਬਦ ਮਿਲਦਾ અપਮਾਨ ਸ਼ਬਦ ਮਿਲਦਾ ਹੈ 14 14 ਲੋਕ ਮਝਾਰ 14 ਮਸੀਹ ਤੋਂ ਅੱਗੇ 14ਵਾਂ ਦਿਨ 14 ਲੋਕ ਮਝਾਰ 14 ਲੋਕ 14 ਲੋਕ ਮੈਨੇ ਸੱਤ ਆਕਾਸ਼ ਦੇ ਲੋਕ ਤੇ ਸੱਤ ਪਤਾਲ ਦੇ ਲੋਕ ਇਹ ਮੰਨੇ ਜਾਂਦੇ ਨੇ ਸਨਾਤਨ ਮਤ ਦੇ ਵਿੱਚ 14 ਲੋਕ ਜਿਹੜੇ ਮੰਨੇ ਜਾਂਦੇ ਨੇ ਉਹਨਾਂ ਦੇ ਬਕਾਇਦਾ ਨਾਮ ਨੇ ਜਿਹੜੇ ਆਕਾਸ਼ ਦੇ 7 ਲੋਕ ਨੇ 7 ਆਕਾਸ਼ ਜਿਨੂੰ ਕਹਿੰਦੇ ਨੇ ਉਹਨਾਂ ਦੇ ਨਾਮ ਨੇ ਭੂ ਭੂ ਸੁਵ ਨਹਿ ਜਨ ਤਪਹ ਅ ਸਤਿਅ ਜਿਹੜੇ ਪਤਾਲ ਦੇ 7 ਪਤਾਲ ਮੰਨੇ ਜਾਂਦੇ ਨੇ ਉਹ ਆਤਲ ਸੁਤਲ ਵਿਤਲ ਗਰਭ ਸਤਲ ਜਿਨੂੰ ਤਲਾਤਲ ਵੀ ਕਹਿੰਦੇ ਨੇ ਮਹਾਤਲ ਰਸਾਤਲ ਤਿਪਾਤਲ ਇਹ ਜੋਤਿਸ਼ ਦੇ ਗ੍ਰੰਥਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਹੈ ਭਗਤ ਕਬੀਰ ਜੀ ਨੇ ਸਿਰਫ ਮੁਹਾਵਰੇ ਵਜੋਂ ਵਰਤਿਆ ਕਿ ਭਾਵੇਂ ਹੁਣ ਆਫਾਸ਼ ਦੇ ਲੋਕ ਭਾਵੇਂ ਪਤਾਲ ਦੇ ਭਾਵੇਂ ਪੂਰੀ ਦੁਨੀਆ ਸਾਰੀ ਦੁਨੀਆ ਦੇ ਵਿੱਚ ਉਹ ਪ੍ਰਭੂ ਹੀ ਸਮਾਇਆ ਹੋਇਆ ਹੈ ਚੋਦਸ 14 ਲੋਕ ਮਝਾਰ ਰੋਮ ਰੋਮ ਮੈਂ ਬਸੇ ਮੁਰਾਰ ਹਰ ਇੱਕ ਰੋਮ 14 ਲੋਕਾਂ ਦੇ ਜਿੰਨੇ ਵੀ ਲੋਕ ਨੇ ਉਹਨਾਂ ਸਾਰਿਆਂ ਵਿੱਚ ਸ੍ਰਿਸ਼ਟੀ ਦੇ ਜ਼ਰੇ-ਜ਼ਰੇ ਦੇ ਵਿੱਚ ਮੁਰਾਰ ਪ੍ਰਭੂ ਹੀ ਵਸਰੇ ਹਨ ਸਤ ਸੰਤੋਖ ਕਾ ਤਰੋ ਧਿਆਨ ਸਤ ਸੰਤੋਖ ਕਰ ਤਰੋ ਧਿਆਨ ਭਾਵ ਤੁਹਾਡਾ ਧਿਆਨ ਸੱਚ ਵਿੱਚ ਹੋਵੇ ਸੰਤੋਖ ਵਿੱਚ ਹੋਵੇ ਇਹਨੂੰ ਆਪਣੀ ਯਾਦ ਵਿੱਚ ਲੈ ਆਓ ਤੁਹਾਡੀ ਜ਼ਿੰਦਗੀ ਚ ਸੱਚ ਹੋਣਾ ਚਾਹੀਦਾ ਹੈ ਸੱਚ ਦੇ ਬੇਸ ਤੇ ਆਪਣੀ ਜ਼ਿੰਦਗੀ ਨੂੰ ਜਿਓ ਤੇ ਜੋ ਪ੍ਰਭੂ ਦੇ ਦੇਵੇ ਉਹਦੇ ਸ਼ੁਕਰਾਨੇ ਚ ਰਹੋ ਇਹ ਸੰਤੋਖ ਦਾ ਹੁਣ ਤੁਹਾਡੀ ਜ਼ਿੰਦਗੀ ਵਿੱਚ ਹੋਣਾ ਚਾਹੀਦਾ ਕਥਨੀ ਕਥਿਐ ਬ੍ਰह्म ਗਿਆਨ ਕਥਨੀ ਕਥਿਐ ਬ੍ਰह्म ਗਿਆਨ ਕਥਨੀ ਕਥਿਐ ਮੈਨੇ ਕਥਨ ਕਰਨਾ ਭਾਵ ਪ੍ਰਭੂ ਦੀ ਸੂਝ ਪੈਦਾ ਕਰਨੀ ਰੱਬ ਦੀ ਸਿਫਤ ਸਲਾਹ ਦੀਆਂ ਗੱਲਾਂ ਕਰਨੀਆਂ ਉਸ ਪ੍ਰਭੂ ਬ੍ਰह्म ਗਿਆਨ ਉਸ ਬ੍ਰह्म ਦਾ ਗਿਆਨ ਹਾਸਲ ਕਰਨਾ ਭਾਵ ਉਸ ਪ੍ਰਭੂ ਦੀ ਸਿਫਤ ਸਲਾਹ ਕਰੋ ਉਸ ਪ੍ਰਭੂ ਦੇ ਸਹੀ ਸਰੂਪ ਦੀ ਤੁਹਾਨੂੰ ਸੋਝ ਪੈਦਾ ਹੋ ਜਾਏ ਉਦੋਂ ਕੀ ਹੋਏਗਾ ਜ਼ਿੰਦਗੀ ਵਿੱਚ ਇਨਾ ਪ੍ਰਕਾਸ਼ ਹੋ ਜਾਏਗਾ ਇੰਨੇ ਸ਼ੁਭ ਗੁਣ ਪੈਦਾ ਹੋ ਜਾਣਗੇ ਮਨੋ ਜਿਵੇਂ ਪੁੰਨਿਆ ਦਾ ਚੰ드ਰਮਾ ਇੱਥੇ ਹੁਣ ਪਗਤ ਜੀ ਸਮਾਪਤੀ ਕਰ ਰਹੇ ਨੇ ਪੁੰਨਿਓ ਪੂਰਾ ਚੰਦ ਆਕਾਸ਼ ਪੁੰਨਿ ਉਹਨੇ ਪੁੰਨਿਆ ਪੂਰਨ ਵਾਸ਼ੀ ਮਸਿਆ ਤੋਂ ਅਗਲੇ 15 ਦਿਨ ਬਾਅਦ 15ਵਾਂ ਦਿਨ ਫਿਰ ਪੁੰਨਿਆ ਆ ਜਾਂਦੀ ਹੈ ਜਦੋਂ ਚੰ드ਰਮਾ ਕੰਪਲੀਟ ਹੋ ਜਾਂਦਾ ਹੈ ਫਿਰ ਜ਼ਿੰਦਗੀ ਵਿੱਚ ਉਹ ਚੰ드ਰਮਾ ਦਾ ਪ੍ਰਕਾਸ਼ ਪੈਦਾ ਹੋ ਜਾਏਗਾ ਜਿਹੜਾ ਪੂਰਨ ਹੈ ਪੂਰਨ ਜਿਹੜਾ ਚੰ드ਰਮਾ ਹੈ ਭਾਵ ਗੁਰੂ ਦਾ ਪ੍ਰਕਾਸ਼ ਉਹਦੀ ਜ਼ਿੰਦਗੀ ਚ ਆ ਜਾਏਗਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਇੱਕ ਤੋਕ ਆਂਦੀ ਓ ਦੇ ਵਿੱਚ ਚੰਦ ਸੂਰਜ ਦੋਏ ਦੀਪਕ ਰਾਖੇ ਸਸਕਰ ਸੂਰ ਸਮਾਇੰਦਾ ਪਹਿਲਾਂ ਇਹਦੇ ਅਰਥ ਗੋਲ-ਮੋਲ ਕੀਤੇ ਜਾਂਦੇ ਸਨ ਸਸਕਰ ਸੂਰ ਸਮਾਇੰਦਾ ਸਸਸ ਮੈਨੇ ਚੰ드ਰਮਾ ਸੂਰ ਮੈਨੇ ਸੂਰਜ ਚੰ드ਰਮਾ ਵਿੱਚ ਸੂਰਜ ਸਮਾਇਆ ਹੋਇਆ ਹੈ ਜਦੋਂ ਗੋਲ-ਮੋਲ ਅਰਥ ਕਰਦੇ ਸਨ ਜਦੋਂ ਸਾਇੰਟਿਸਟਾਂ ਨੇ ਇਹ ਸਾਨੂੰ ਦੱਸਿਆ ਕਿ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ ਹੈ ਉਹ ਤੇ ਸਿਰ ਧਰਤੀ ਵਾਂਗੂ ਇੱਕ ਜ਼ਮੀਨ ਹੈ ਜਦੋਂ ਧਰਤੀ ਤੇ ਰਾਤ ਹੁੰਦੀ ਹਨੇਰਾ ਹੁੰਦਾ ਤੇ ਦੂਰ ਚੰਦਰਮਾ ਦੀ ਜ਼ਮੀਨ ਦੇ ਉੱਪਰ ਸੂਰਜ ਦੀ ਧੁੱਪ ਪੈ ਰਹੀ ਹੁੰਦੀ ਹੈ ਤੇ ਉਹ ਧੁੱਪ ਇੰਨੀ ਚਮਕਦੀ ਹੈ ਕਿ ਸਾਨੂੰ ਚੰਦਰਮਾ ਐਦਾਂ ਲੱਗਦਾ ਜਿਵੇਂ ਚਮਕ ਰਿਹਾ ਜਿਵੇਂ ਚੰਦਰਮਾ ਦੀ ਰੋਸ਼ਨੀ ਹੈ ਜੇ ਸੂਰਜ ਦੀ ਧੁੱਪ ਚੰਦਰਮਾ ਦੀ ਜ਼ਮੀਨ ਤੇ ਨਾ ਪਵੇ ਤੇ ਚੰਦਰਮਾ ਦਿ세ਗਾ ਨਹੀਂ ਕਦੀ ਪੂਰਨ ਮਾਸ਼ੀ ਨੂੰ ਕਿਉਂਕਿ ਚੰਦਰਮਾ ਬਿਲਕੁਲ ਸਾਹਮਣੇ ਹੁੰਦਾ ਸੂਰਜ ਦੀ ਧੁੱਪ ਸਿੱਧੀ ਉੱਪਰ ਪੈਂਦੀ ਹੈ ਸਾਨੂੰ ਪੂਰਾ ਗੋਲ ਚੰਦਰਮਾ ਨਜ਼ਰ ਆਉਂਦਾ ਸਸਕਰ ਸੂਰਸ ਮਾਇੰਦਾ ਕਿ ਚੰ드ਰਮਾ ਵਿੱਚ ਸੂਰਜ ਸਮਾਇਆ ਹੋਇਆ ਹੈ ਜੇ ਸੂਰਜ ਨਾ ਹੋਵੇ ਤੇ ਚੰ드ਰਮਾ ਦੀ ਕੋਈ ਹੋਂਦ ਹੀ ਨਹੀਂ ਸਾਨੂੰ ਚੰ드ਰਮਾ ਦਿਸੇਗਾ ਹੀ ਨਹੀਂ ਪਰ ਇੱਥੇ ਇਹਦੇ ਅਰਥੇ ਮੁੱਕ ਨਹੀਂ ਜਾਂਦੇ ਰੱਬ ਨੂੰ ਸਿੱਧਾ ਨਹੀਂ ਦੇਖਿਆ ਜਾ ਸਕਦਾ ਸਿੱਧਾ ਨਹੀਂ ਮਿਲਿਆ ਜਾ ਸਕਦਾ ਅਸੀਂ ਡਾਇਰੈਕਟ ਰੱਬ ਨੂੰ ਨਹੀਂ ਮਿਲ ਸਕਦੇ ਪ੍ਰਭੂ ਹੈ ਸੂਰਜ ਸੂਰਜ ਨੂੰ ਸਿੱਧਾ ਦੇਖਾਂਗੇ ਅੱਖਾਂ ਚੋਂ ਦੇ ਆ ਜਾਣੀਆਂ ਕੋਰਨੀਆ ਸੜ ਸਕਦਾ ਸੀ ਅੰਨ੍ਹੇ ਹੋ ਸਕਦੇ ਹਾਂ ਪਰ ਚੰ드ਰਮਾ ਨੂੰ ਸਿੱਧਾ ਦੇਖਿਆ ਜਾ ਸਕਦਾ ਹੈ ਚੰ드ਰਮਾ ਨੂੰ ਦੇਖਿਆ ਠੰਡ ਮਿਲਦੀ ਹੈ ਪ੍ਰਭੂ ਹੈ ਸੂਰਜ ਪ੍ਰਭੂ ਤੱਕ ਸਿੱਧਾ ਨਹੀਂ ਪਹੁੰਚ ਸਕਦੇ ਹਾਂ ਗੁਰੂ ਤੱਕ ਪਹੁੰਚਿਆ ਜਾ ਸਕਦਾ ਹੈ ਗੁਰੂ ਹੈ ਚੰ드ਰਮਾ ਗੁਰੂ ਚੰ드ਰਮਾ ਵਿੱਚ ਪ੍ਰਭੂ ਸੂਰਜ ਹੀ ਸਮਾਇਆ ਹੋਇਆ ਹੈ ਰੱਬ ਗੁਰੂ ਤੋਂ ਵੱਖ ਨਹੀਂ ਹੈ ਗੁਰੂ ਦੇ ਅੰਦਰ ਰੱਬ ਸੂਰਜ ਹੀ ਚਮਕਦਾ ਹੈ ਗੁਰੂ ਦੇ ਰਾਹੀਂ ਹੀ ਰੱਬ ਦੇ ਦਰਸ਼ਨ ਹੋ ਸਕਦੇ ਨੇ ਗੁਰੂ ਤੋਂ ਬਿਨਾ ਨਹੀਂ ਬਿਨ ਸਤਿਗੁਰੂ ਕਿਨੇ ਨਾ ਪਾਇਓ ਬਿਨ ਸਤਿਗੁਰੂ ਕਿਨੇ ਨਾ ਪਾਇਆ ਸਤਿਗੁਰੂ ਵਿੱਚ ਆਪ ਰੱਖਿਓਨ ਪ੍ਰਭੂ ਨੇ ਆਪਣੇ ਆਪ ਨੂੰ ਗੁਰੂ ਚ ਰੱਖਿਆ ਹੋਇਆ ਹੈ ਗੁਰੂ ਦੇ ਵਿੱਚ ਰਾਹੀ ਹੀ ਪ੍ਰਭੂ ਸੂਰਜ ਦੇ ਦਰਸ਼ਨ ਹੋ ਸਕਦੇ ਨੇ ਤੇ ਇਸ ਕਰਕੇ ਚੰਦਨ ਮਾ ਠੰਡ ਦਿੰਦੀ ਹੈ ਜਿਵੇਂ ਜਿਵੇਂ ਗੁਰੂ ਦੇ ਨੇੜੇ ਪਹੁੰਚਦੇ ਹਾਂ ਸਾਡਾ ਅੰਦਰ ਠੰਡਾ ਹੁੰਦਾ ਚਲਾ ਜਾਂਦਾ ਹੈ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਨੇ ਹਾਲੀ ਜਿਵੇਂ ਜਿਵੇਂ ਗੁਰੂ ਵੱਲ ਜਾਂਦਾ ਅੰਦਰ ਠੰਡਾ ਹੁੰਦਾ ਜਾਂਦਾ ਹੈ ਸ਼ਕਤੀ ਸਿੱਤਲ ਹੁੰਦੀ ਜਾਂਦੀ ਹੈ ਸ਼ਾਂਤੀ ਮਿਲਦੀ ਜਾਂਦੀ ਹੈ ਹੁਣ ਪੂਰਾ ਚੰਦ ਉਹ ਗੁਰੂ ਜਿਹੜਾ ਹੈ ਉਹਦੇ ਜੀਵਨ ਚ ਪ੍ਰਗਟ ਹੁੰਦਾ ਹੈ ਗੁਰੂ ਦਾ ਗਿਆਨ ਦਾ ਪ੍ਰਕਾਸ਼ ਉਹਦੇ ਅੰਦਰ ਆ ਜਾਂਦਾ ਹੈ ਮਨੁੱਖ ਜਿਵੇਂ ਪੂਰਾ ਚੰਦਰਮਾ ਕੰਪਲੀਟ ਹੈ ਉਸ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਸਾਰੀਆਂ ਕਲਾਵਾਂ ਆ ਜਾਂਦੀਆਂ ਨੇ ਸਾਰੇ ਸ਼ੁਭ ਗੁਣ ਆ ਜਾਂਦੇ ਨੇ ਜਿਵੇਂ ਪੂਰਾ ਚੰਦ ਅਕਾਸ਼ ਉਨੀਆਂ ਦੀ ਰਾਤ ਅਕਾਸ਼ ਵਿੱਚ ਚੰਦਰਮਾ ਪੂਰਾ ਨਜ਼ਰ ਆਉਂਦਾ ਹੈ ਉਹ ਕੀ ਕਰਦਾ ਹੈ ਫਸਰ ਕਲਾ ਸਹਿਜ ਪ੍ਰਗਾਸ ਉਹਦੀਆਂ ਕਲਾਵਾਂ ਵੱਧੀਆਂ ਚਲੀਆਂ ਜਾਂਦੀਆਂ ਨੇ ਚੰਦਰਮਾ ਦੀ ਕਿਰਨਾ ਪ੍ਰਕਾਸ਼ ਫੈਲਾ ਕਰ ਦਿੰਦੀਆਂ ਨੇ ਇਸੇ ਤਰ੍ਹਾਂ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਰੱਬੀ ਗੁਣ ਪੈਦਾ ਹੋ ਜਾਂਦੇ ਨੇ ਉਹਦੇ ਅੰਦਰ ਦੀ ਗੁਣਾਂ ਦੀਆਂ ਕਲਾਮਾਂ ਪ੍ਰਗਟ ਹੋ ਜਾਂਦੀਆਂ ਨੇ ਸੁਭਾਵਕ ਜਿਹਦੇ ਜੀਵਨ 'ਚ ਪ੍ਰਕਾਸ਼ ਪੈਦਾ ਹੋ ਜਾਂਦਾ ਹੈ ਗੁਰੂ ਗਿਆਨ ਸਦਕਾ ਉਹ ਵੀ ਪ੍ਰਕਾਸ਼ ਨਾਲ ਭਰ ਜਾਂਦਾ ਹੈ ਉਹ ਵੀ ਫਿਰ ਉਸ ਚੰਦਰਮਾ ਦਾ ਰੂਪ ਹੋ ਜਾਂਦਾ ਹੈ ਜਿਹਦੇ ਅੰਦਰ ਸੂਰਜ ਹੈ ਪ੍ਰਭੂ ਉਹਦੇ ਅੰਦਰ ਜਦੋਂ ਪ੍ਰਗਟ ਹੁੰਦਾ ਹੈ ਉਹ ਜੀਵ ਚੰਦਰਮਾ ਦੀ ਤਰ੍ਹਾਂ ਸ਼ਾਂਤ ਸੀਤਲ ਠੰਡਾ ਅਤੇ ਪ੍ਰਕਾਸ਼ਮਨ ਹੋ ਜਾਂਦਾ ਹੈ ਆਦ ਅੰਤ ਮਦ ਹੋਇ ਰਹਾ ਥੀਰ ਆਤ ਅੰਤ ਮਦ ਹੋਇ ਰਹਾ ਥੀਰ ਆਦ ਮੈਨੇ ਸ਼ੁਰੂ ਤੋਂ ਅੰਤ ਮੈਨੇ ਅਖੀਰ ਵਿੱਚ ਮਦ ਮੈਨੇ ਵਿਚਾਰ ਲੈ ਸਮੇ ਪਵ ਹਮੇਸ਼ਾ ਲਈ ਸਦਾ ਹੀ ਜਦੋਂ ਤੂੰ ਪ੍ਰਭੂ ਨੇ ਸ੍ਰਿਸ਼ਟੀ ਬਣਾਈ ਪ੍ਰਭੂ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੁਣ ਵੀ ਤੇ ਅਖੀਰਲੇ ਸਮੇਂ ਤੱਕ ਉਹੀ ਮੌਜੂਦ ਹੈ ਹੋਏ ਰਹਾ ਥੀਰ ਉਹ ਪ੍ਰਭੂ ਥਿਰ ਕਾਇਮ होके ਬੈਠਾ ਹੈ ਥਿਰ ਹੈ ਸ੍ਰਿਸ਼ਟੀ ਬਣਦੀ ਹੈ ਨਾਸ਼ ਹੋ ਜਾਂਦੀ ਹੈ ਸ੍ਰਿਸ਼ਟੀ ਦਾ ਆਦ ਹੁੰਦਾ ਹੈ ਮਦ ਹੁੰਦਾ ਹੈ ਅੰਤ ਹੋ ਜਾਂਦਾ ਹੈ ਪਰ ਪ੍ਰਭੂ ਫਿਰ ਵੀ ਫਿਰ ਹੈ ਸਦੀਵ ਹੈ ਸੁਖ ਸਾਗਰ ਮੈਂ ਰਮੈ ਕਬੀਰ ਇੱਥੇ ਸਬੋਧਨ ਹੈ ਹੈ ਕਬੀਰ ਸੁਖ ਸਾਗਰ ਮੈਂ ਰਮੈ ਰਮੈ ਮੈਂ ਸਿਮਰੇ ਜਿਤ ਸੁੱਖਾਂ ਦੇ ਸਾਗਰ ਵਿੱਚ ਤੂੰ ਜੁੜ ਕੇ ਰੱਬ ਨੂੰ ਸਿਮਰ ਨਵੇਂ ਸੁੱਖਾਂ ਦੇ ਸਾਗਰ ਪ੍ਰਭੂ ਨਾਲ ਤੂੰ ਸਾਝ ਪਾ ਲਵੇਂ ਤੇਰੇ ਜੀਵਨ ਦੇ ਵਿੱਚ ਵੀ ਉਹ ਥੜਤਾ ਪੈਦਾ ਹੋ ਜਾਏਗੀ ਤੇਰੇ ਅੰਦਰ ਵੀ ਉਹ ਪ੍ਰਕਾਸ਼ ਪੈਦਾ ਹੋ ਜਾਏਗਾ ਕਿਉਂਕਿ ਪ੍ਰਭੂ ਸੁਖਾ ਦਾ ਸਾਗਰ ਹੈ ਸਾਗਰ ਕੀ ਕਰਦਾ ਹੈ ਚਿਕੜ ਨਾਲ ਭਰੇ ਹੋਏ ਦਰਿਆ ਦੀ ਗੰਦਗੀ ਨੂੰ ਆਪਣੇ ਚ ਸਮੇਟ ਲੈਂਦਾ ਹੈ ਤੇ ਦਰਿਆ ਨੂੰ ਆਪਣਾ ਰੂਪ ਕਰ ਦਿੰਦਾ ਹੈ ਜੇਕਰ ਐਸੇ ਸੁਖ ਸਾਗਰ ਨੂੰ ਤੂੰ ਸਿਮਰੇ ਤੋ ਪ੍ਰਭੂ ਤੇਰੇ ਅਗੁਣਾ ਨੂੰ ਖਤਮ ਕਰਕੇ ਤੈਨੂੰ ਆਪਣਾ ਰੂਪ ਕਰ ਦੇਵੇਗਾ ਆਦ ਅੰਤ ਮਦ ਹੋਇ ਰਿਆ ਥੀਰ ਸੁਖ ਸਾਗਰ ਮੈਂ ਹਰਮ ਹੈ ਕਬੀਰ ਇਕਬੀਰ ਉਹ ਜੀ ਵੀ ਜਿਹੜਾ ਹੈ ਫਿਰ ਸਹਜ ਦੀ ਅਵਸਥਾ ਦੇ ਵਿੱਚ ਜਿਉਂਦਾ ਹੈ ਉਹਦੇ ਅੰਦਰ ਵੀ ਸਹਜ ਦਾ ਪ੍ਰਕਾਸ਼ ਪੈਦਾ ਹੋ ਜਾਂਦਾ ਹੈ ਇੱਥੇ ਥਿਤਿੰ ਬਾਣੀ ਦੀ ਸੰਪੂਰਨਤਾ ਹੈ ਇਸ ਤੋਂ ਅੱਗੇ ਜਿਹੜੇ 7 ਵਾਰ ਨੇ ਐਸੋ ਮੰਗਲਬੁੱਧ ਵੀਰ ਇਹ 7 ਤਵਾਰਾਂ ਦੇ ਉੱਪਰ ਭਗਤ ਕਬੀਰ ਜੀ ਦੀ ਬਾਣੀ ਅਗਲੇ ਹਫ਼ਤੇ ਤੋਂ ਆਰੰਭ ਹੋ ਜਾਏਗੀ ਇਹਨਾਂ ਹੀ ਬੇਨਤੀਆਂ ਪ੍ਰਵਾਨਪੂਰਨ ਪੁੱਲਾ ਹਿਮਾ ਕਰਨਿਆ ਜੀ ਸੱਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਡ ਜਿੱਕਾ ਖਾਲਸਾ ਵਰਡ ਜਿੱਕੀ ਫਤਿਹ ਐਮ ਬੀ ਸੀ ਦੀ ਰਿਕਾਰਡਿੰਗ ਬੰਦ ਕਰ ਦੇਣੀ